ਸਤਿ ਸ਼੍ਰੀ ਅਕਾਲ ਪੰਜਾਬ ਟੁਡੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਚਰਨਜੀਤ ਸਿੰਘ ਚੰਨੀ। ਹਰ ਰੋਜ਼ ਦੀ ਤਰ੍ਹਾਂ ਅਸੀਂ ਪੰਜਾਬ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ, ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ, ਸਰਕਾਰ ਵੱਲੋਂ ਕਿਹੜੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਤੇ ਵਿਰੋਧੀ ਧਿਰ ਵੱਲੋਂ ਕਿਸ ਤਰ੍ਹਾਂ ਦਾ ਰੋਲ ਨਿਭਾਇਆ ਜਾ ਰਿਹਾ ਤਾਂ ਜੋ ਸੂਬੇ ਦੇ ਵਿੱਚ ਲੋਕਾਂ ਦੇ ਹਿੱਤ ਦੇ ਵਿੱਚ ਸਰਕਾਰ ਕੰਮ ਕਰਦੀ ਰਹੇ। ਇਸ ਦੇ ਤਹਿਤ ਅਸੀਂ ਹਰ ਰੋਜ਼ ਇੱਕ ਨਵਾਂ ਮੁੱਦਾ ਲੈ ਕੇ ਹਾਜ਼ਰ ਹੁੰਦੇ ਹਾਂ ਤੇ ਅੱਜ ਵੀ ਅਸੀਂ ਲਾਅ ਐਂਡ ਆਰਡਰ ਨੂੰ ਲੈ ਕੇ ਇੱਕ ਗੱਲ ਰੱਖਣੀ ਚਾਹ ਰਹੇ ਹਾਂ ਜਿਸ ਦੇ ਵਿੱਚ ਵੱਖੋ ਵੱਖ ਪਾਰਟੀਆਂ ਦੇ ਬੁਲਾਰੇ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਸਾਡੇ ਨਾਲ ਜੋ ਬੁਲਾਰੇ ਜੁੜੇ ਨੇ ਡਾਕਟਰ ਸੁਰਿੰਦਰ ਕਮਲ ਜੀ ਜੁੜੇ ਨੇ ਬੀਜੇਪੀ ਤੋਂ, ਦਰਸ਼ਨ ਔਲਖ ਜੀ ਪੰਜਾਬੀ ਆਰਟਿਸਟ, ਵਿਕਰਮਜੀਤ ਜੀ ਕਾਂਗਰਸ ਤੋਂ ਤੇ ਹਰਜੀਤ ਭੁੱਲਰ ਜੀ ਸ਼੍ਰੋਮਣੀ ਅਕਾਲੀ ਦਲ ਤੋਂ। ਸਭ ਦਾ ਪੰਜਾਬ ਟੁਡੇ ਦੇ ਵਿੱਚ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ। ਜਦੋਂ ਤੋਂ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਵਿਰੋਧੀ ਧਿਰਾਂ ਵੱਲੋਂ ਸਿੱਧੇ ਤੌਰ 'ਤੇ ਆਰੋਪ ਲਗਾਏ ਜਾ ਰਹੇ ਨੇ ਤੇ ਗਵਰਨਰ ਨੂੰ ਮਿਲਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਪਹਿਲਾਂ ਕਬੱਡੀ ਖਿਡਾਰੀ ਦਾ ਕਤਲ ਹੋ ਜਾਂਦਾ ਹੈ ਨੰਗਲੰਬੀਆ ਦਾ, ਉਸ ਤੋਂ ਬਾਅਦ ਫਿਰ ਕਦੇ ਕਿਸੇ ਦਾ ਕਤਲ, ਕਦੇ ਖੁਦਕੁਸ਼ੀਆਂ, ਕੋਈ ਵੀ ਗੱਲ ਰੁਕਣ ਦਾ ਨਾਂ ਨਹੀਂ ਲੈ ਰਹੀ ਤੇ ਹੁਣ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ ਹੈ। ਇੱਕ ਦਿਨ ਪਹਿਲਾਂ ਉਹਨਾਂ ਦੀ ਸਿਕਿਉਰਿਟੀ ਹਟਾਈ ਜਾਂਦੀ ਹੈ, ਉਸ ਤੋਂ ਬਾਅਦ ਅਗਲੇ ਦਿਨ ਹੀ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਤੇ ਇਸ ਤੇ ਸਵਾਲ ਸਿੱਧਾ ਖੜਾ ਹੁੰਦਾ ਹੈ ਤੇ ਇੰਟੈਲੀਜੈਂਸ ਕਿੱਥੇ ਹੈ, ਸਰਕਾਰ ਦੀ ਕਾਰਗੁਜ਼ਾਰੀ ਕਿੱਥੇ ਹੈ, ਇਸ ਨੂੰ ਲੈ ਕੇ ਅਸੀਂ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਦਰਸ਼ਨ ਔਲਖ ਜੀ ਤੁਹਾਡਾ ਪੱਖ ਜਾਣਨਾ ਚਾਹਾਂਗਾ। ਤੁਹਾਡੀ ਇੰਡਸਟਰੀ ਦਾ ਇੱਕ ਵੱਡਾ ਸਿਤਾਰਾ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਹੈ, ਕਿਵੇਂ ਵੇਖਦੇ ਹੋ ਸਰਕਾਰ ਦਾ ਰੋਲ ਕਿੱਡਾ ਕਿਆ, ਹਾਲਾਂਕਿ ਇੰਟੈਲੀਜੈਂਸੀਆਂ ਕੀ ਕਰ ਰਹੀਆਂ ਸਨ, ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਇਸ ਤੋਂ ਪਹਿਲਾਂ ਮੋਹਾਲੀ ਦੇ ਵਿੱਚ ਇੰਟੈਲੀਜੈਂਸੀ ਦਫ਼ਤਰ ਦੇ ਉੱਤੇ ਇੱਕ ਰਾਕਟ ਲਾਂਚਰ ਦੇ ਨਾਲ ਹਮਲਾ ਹੁੰਦਾ ਤੇ ਫਿਰ ਸਿੱਧੂ ਮੂਸੇਵਾਲਾ ਜਿਸ ਨੂੰ 4 ਗਨਮੈਨ ਮਿਲੇ ਹੋਏ ਸਨ, ਇੱਕ ਦਿਨ ਪਹਿਲਾਂ 2 ਗਨਮੈਨ ਵਿਦਰੋਲ ਕਰ ਦਿੱਤੇ ਜਾਂਦੇ ਨੇ ਤੇ ਅਗਲੇ ਦਿਨ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਤਾਂ 2 ਗਨਮੈਨ ਉਹਦੇ ਨਾਲ ਨਹੀਂ ਹੁੰਦੇ। ਇਸ ਪ੍ਰਕਿਰਿਆ ਨੂੰ ਕਿਵੇਂ ਵੇਖਦੇ ਹੋ, ਕਿਵੇਂ ਸ਼ੱਕ ਦੇ ਘੇਰੇ ਦੇ ਨਾਲ ਦੇਖਦੇ ਹੋ ਜੀ ਦਰਸ਼ਨ ਜੀ? ਚੰਨੀ ਜੀ, ਸਭ ਤੋਂ ਪਹਿਲਾਂ ਤਾਂ ਬੇਹੱਦ ਦੁਖਦਾਈ ਹੈ ਸਮਾਂ ਸਾਡੇ ਕਲਾਕਾਰਾਂ ਵੱਲੋਂ ਸਾਰਿਆਂ ਵੱਲੋਂ, ਮੈਂ ਸੰਵੇਦਨਾਸ਼ੀਲ ਤਰੀਕੇ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਜੀ। ਤੇ ਇਹ ਜਿਹੜਾ ਸਿੱਧੂ ਦਾ ਕਦੇ ਨਾਂ ਪੈਣ ਵਾਲਾ ਘੱਟ ਹੈ, ਮੈਂ ਸਿੱਧੇ ਤੌਰ ਤੇ ਕਹੂੰਗਾ ਇੱਕ ਮਾਂ ਨੇ ਪੁੱਤ ਗਵਾੜਿਆ, ਗੰਦੀ ਸਿਆਸਤ ਨੇ ਪੰਜਾਬ ਖਾ ਲਿਆ। ਹੀਰਿਆਂ ਵਰਗਾ ਯਾਰਾਂ ਦਾ ਯਾਰ ਸੀ ਸਿੱਧੂ ਮੂਸੇਵਾਲਾ, ਉਹ ਗਵਾੜਿਆ। ਅਸੀਂ ਸਾਰਾ ਵਰਗ, ਸਾਡਾ ਕਲਾਕਾਰ ਵਰਗ ਬਹੁਤ ਇਸ ਟਾਈਮ ਸਦਮੇ 'ਚ ਹੈ ਕਿ ਸਿੱਧੂ ਨੂੰ ਹੀ ਟਾਰਗੇਟ ਕਿਉਂ ਕੀਤਾ ਗਿਆ। ਮੇਰਾ ਵੀ ਇੱਕ ਸਵਾਲ ਹੈ ਤੁਹਾਨੂੰ ਕਿ ਸਿੱਧੂ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ? ਤੁਸੀਂ ਬਹੁਤ ਸਾਰੀਆਂ ਗੱਲਾਂ ਕੀਤੀਆਂ, ਇਹ ਸਾਰੀਆਂ ਸਿਆਸੀ ਗੱਲਾਂ ਨੇ। ਪਹਿਲਾਂ ਵੀ ਸਰਕਾਰਾਂ ਸੀ, ਉਹੀ ਪੁਲਿਸ ਹੈ, ਉਹੀ ਸਿਸਟਮ ਹੈ, ਉਹੀ ਅਫਸਰ ਨੇ। ਨਾ ਤਾਂ ਕੋਈ ਅਫਸਰ ਬਦਲੇ, ਨਾ ਸਿਸਟਮ ਬਦਲਿਆ, ਸਰਕਾਰ ਬਦਲੀ, ਉਹਦੇ ਵਿੱਚ ਇਹ ਸਭ ਕੁਛ ਕਿਉਂ ਹੋ ਰਿਹਾ ਇਹ ਵੀ ਸਵਾਲ ਹੈ। ਪਰ ਸਾਡਾ ਇੱਕ ਲੈ ਬੈਠੀ, ਉਹਦੇ ਮਾਂ ਬਾਪ ਦਾ ਜੋ ਦੁਰਦਸ਼ਾ ਹੈ ਉਹ ਦੇਖੋ, ਇਸ ਟਾਈਮ ਜਾ ਕੇ ਵੀ ਉਹਨਾਂ ਦੀ ਵਿਚਾਰਾਂ ਦੀ ਕੀ ਦੁਰਦਸ਼ਾ ਹੈ, ਉਹਨਾਂ ਦੇ ਹਾਲਾਤ ਹੁੰਦੇ ਪਰਿਵਾਰ ਦੇ, ਇੱਕੋ ਇੱਕ ਬੱਚਾ ਉਹਨਾਂ ਦਾ, ਮਾਂ ਪੁੱਤ ਦਾ ਚਲੇ ਜਾਣਾ ਬੇਹੱਦ ਹੀ ਦੁਖਦਾਈ ਹੈ। ਮੇਰੇ ਕੋਲ ਸ਼ਬਦ ਨਹੀਂ ਕਿ ਜਿਹੜੇ ਮੈਂ ਤੁਹਾਡੇ ਨਾਲ ਵਰਣਨ ਕਰਾਂ। ਸਵੇਰ ਦੇ ਅਸੀਂ ਬਹੁਤ ਸਦਮੇ 'ਚ ਹੈ ਕਿ ਇਹ ਭਾਣਾ ਕੀ ਭਰਦਿਆ, ਪੰਜਾਬ 'ਚ ਹੋ ਕੀ ਰਿਹਾ, ਇਹ ਕਿਹੜੇ ਪਾਸੇ ਜਾ ਰਿਹਾ ਪੰਜਾਬ ਸਾਡਾ, ਇਹ ਸਾਰਾ ਕੁਛ ਇਹਦੇ ਪਿੱਛੇ ਕੌਣ ਹੈ? ਇਹ ਤੁਹਾਡੇ ਵਰਗੇ ਪੱਤਰਕਾਰ ਚੈਨਲਾਂ ਇਹਦੀ ਭੁੱਖ ਕੱਢਣ ਦੀ ਲੋੜ ਹੈ ਵੀ ਇਹ ਕਤਲ ਕਿਉਂ, ਕਦੇ ਚਮਕੀਲਾ ਮਾਰਿਆ ਪੰਜਾਬ ਦੇ ਵਿੱਚ, ਉਹ ਅੱਤਵਾਦੀਆਂ ਦਾ ਨਾਂ ਦਿੱਤਾ ਗਿਆ ਸੀ, ਅੱਜ ਨਵੇਂ ਨਾਂ ਦੇ ਨਾਲ ਗੈਂਗਸਟਰਾਂ ਦਾ ਨਾਂ ਦਿੱਤਾ ਜਾਂਦਾ, ਪਰ ਉਹ ਗੈਂਗਸਟਰ ਕੌਣ ਨੇ, ਕਿਉਂ ਮਾਰਿਆ, ਉਹਨਾਂ ਦਾ ਸਿੱਧੂ ਨਾਲ ਕੀ ਐਸਾ ਜਿਹੜਾ ਹੈਗਾ ਸੀ ਰੰਜਸ ਸੀ ਵੀ ਸਿੱਧੂ ਨੇ ਕੀ ਉਹਨਾਂ ਦਾ ਮਾੜਾ ਕੀਤਾ ਸੀ? ਬਹੁਤ ਹੀ ਡਾਊਨ ਟੂ ਅਰਥ ਸਿੱਧੂ ਮੂਸੇਵਾਲਾ ਸੀ, ਝੁੱਕ ਕੇ ਸਲਾਮ ਕਰਨ ਵਾਲਾ ਬੰਦਾ ਸੀ, ਮੇਰੇ ਪੈਰੀ ਹੱਥ ਲਾਉਂਦਾ ਸੀ, ਬੜਾ ਮਾਣ ਸਤਿਕਾਰ ਕਰਦਾ ਸੀ ਹਰ ਵੱਡੇ ਕਲਾਕਾਰ ਦਾ। ਅੱਜ ਉਹਦਾ ਚਲੇ ਜਾਣਾ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ, ਕੁਐਸਚਨ ਮਾਰਕ ਖੜਾ ਹੋ ਗਿਆ ਵੀ ਸਾਡੇ ਹੀ ਕਲਾਕਾਰ ਵਰਗ ਦੇ ਉੱਤੇ ਇਸ ਤਰ੍ਹਾਂ ਦਾ ਕਿਉਂ, ਜਿਹੜੀਆਂ ਸਰਕਾਰਾਂ, ਇਹ ਯੂਥ ਆ ਜਿਹੜਾ ਪੰਜਾਬ ਦਾ, ਖਾਸ ਕਰਕੇ ਯੂਥ ਨੂੰ ਹੀ ਕਿਉਂ ਟਾਰਗੇਟ ਕੀਤਾ? ਔਲਖ ਸਾਹਿਬ, ਇੱਕ ਸਵਾਲ ਹੋਰ ਕਰਨਾ ਚਾਹਾਂਗਾ। ਜਿਸ ਤਰ੍ਹਾਂ ਗੈਂਗਸਟਰਾਂ ਦੇ ਵੱਲੋਂ ਇੱਕ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਜਿਹੜੇ ਵੱਡੇ ਕਲਾਕਾਰ ਨੇ, ਵੱਡੇ ਸਿੰਗਰ ਨੇ, ਵੱਡਾ ਪੈਸਾ ਕਮਾਉਂਦੇ ਨੇ, ਉਹਨਾਂ ਤੋਂ ਸਿੱਧੇ ਤੌਰ ਤੇ ਧਮਕੀਆਂ ਦੇ ਤੌਰ ਤੇ ਫਰੋਤੀ ਮੰਗੀ ਜਾਂਦੀ ਹੈ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਆ? ਦੇਖੋ, ਜਿਹੜੇ ਬੰਦੇ ਦੇ ਕੋਲ ਗਨ ਹੈ, ਜਿਹੜੇ ਬੰਦੇ ਕੋਲ ਪਿੱਛੇ ਪਾਵਰ ਹੈ, ਉਹ ਫਰੋਤੀਆਂ ਮੰਗ ਕੇ ਜੋ ਮਰਜ਼ੀ ਕਰ ਸਕਦਾ। ਉਹਨੇ 2 ਬੰਦੇ ਮਾਰੇ ਨੇ, ਇੱਕ ਡਰ ਪੈਦਾ ਕੀਤਾ ਹੋਇਆ, ਕੁਛ ਵੀ ਕਹੂਗਾ, ਤੁਹਾਡੇ ਅੰਦਰ ਡਰ ਤਾਂ ਪੈਦਾ ਹੋਇਆ ਹੋਇਆ ਨਾ ਕਿ ਫਲਾਣੇ ਗਰੁੱਪ ਨੇ ਕਿਆ ਕੰਮ ਕੀਤਾ ਸੀ, ਉਹਨੇ ਪੈਸੇ ਨੀ ਦਿੱਤੇ, ਉਹਨੂੰ ਮਾਰ ਦਿੱਤਾ ਸੀ, ਤੇ ਉਹ ਫਿਰ ਡਰ ਕਿਹਦੇ
ਜਿਹੜੇ ਕਲਾਕਾਰ ਹੁੰਦੇ ਆ ਬੜੇ ਸੌਫਟ ਹਾਰਟਡ ਹੁੰਦੇ ਨੇ, ਇਹ ਡਰ ਕਿਧਰ ਕਿਤੇ ਉਹਨਾਂ ਦੇ ਵਿਚਾਰਿਆਂ ਦੇ ਉੱਤੇ ਫਿਰ ਮੰਡਰਾਉਂਦਾ ਹੈ। ਇਹ ਗੱਲਾਂ ਜਿਹੜੀਆਂ ਸੱਚਾਈ ਹੈ, ਇਹ ਸਭ ਕੁਛ ਜੋ ਹੋ ਰਿਹਾ ਤੁਹਾਨੂੰ ਪਤਾ ਹੀ ਹੈ, ਸਾਰਾ ਕੁਛ ਪੰਜਾਬ ਦੇ ਵਿੱਚ ਜੋ ਭਾਣੇ ਵਰਤ ਰਹੇ ਨੇ, ਇਹ ਸਾਰਾ ਸਾਰਿਆਂ ਦੇ ਸਾਹਮਣੇ, ਕੁਛ ਛੁਪਿਆ ਨਹੀਂ ਹੋਇਆ ਕਿਸੇ ਤੋਂ। ਅੱਜ ਹਰ ਬੰਦਾ ਸੋਸ਼ਲ ਮੀਡੀਆ ਦੇ ਉੱਪਰ ਬੈਠਾ ਹੈ, ਤਤਪਰ ਹੈ, ਸਭ ਨੂੰ ਪਤਾ ਹੈ ਇਹਦੇ ਪਿੱਛੇ ਕੌਣ ਹੈ। ਇਹ ਤੁਹਾਨੂੰ ਵੀ ਪਤਾ ਹੈ, ਜਿਹੜੇ ਮੇਰੇ ਹੋਰ ਭਰਾ ਬੈਠੇ ਨੇ ਨਾਲ, ਇਹਨਾਂ ਨੂੰ ਵੀ ਪਤਾ ਹੈ ਇਹ ਸਾਰਾ ਕੁਛ ਕੀ ਵਾਪਰ ਰਿਹਾ ਹੈ। ਜੀ ਭੁੱਲਰ ਸਾਹਿਬ, ਤੁਹਾਡਾ ਪੱਖ ਜਾਨਣਾ ਚਾਹਾਂਗਾ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇੱਕ ਅਟੈਕ ਹੋਇਆ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ, ਉਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਉਦੋਂ ਵੀ ਇਹੀ ਸਵਾਲ ਉੱਠੇ ਸਨ ਕਿ ਸਰਕਾਰ ਤੇ ਕਾਨੂੰਨ ਕਿੱਥੇ ਆ, ਲਾਅ ਐਂਡ ਆਰਡਰ ਕਿੱਥੇ ਆ, ਤੇ ਅੱਜ ਵੀ ਇਹੀ ਸਵਾਲ ਉੱਠ ਰਹੇ ਨੇ ਕਿ ਇੰਟੈਲੀਜੈਂਸ ਕਿੱਥੇ ਹੈ, ਸਰਕਾਰ ਕਿੱਥੇ ਆ, ਸਰਕਾਰ ਨਾਮ ਦੀ ਚੀਜ਼ ਹੀ ਨਹੀਂ। ਜਦੋਂ ਇਸ ਤਰ੍ਹਾਂ ਵੱਡੇ ਦਿੱਗਜਾਂ ਦਾ, ਜਿਨ੍ਹਾਂ ਦਾ ਵੱਡਾ ਨਾਂ ਹੈ, ਵੱਡਾ ਰਸੂਖ ਹੈ, ਉਹਨਾਂ ਦਾ ਕਤਲ ਹੋ ਜਾਂਦਾ, ਇਸ ਵਕਤ ਨੂੰ ਕਿਵੇਂ ਵੇਖਦੇ ਹੋ, ਇਸ ਪ੍ਰਕਿਰਿਆ ਨੂੰ ਕਿਵੇਂ ਦੇਖਦੇ ਹੋ, ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਸ ਚੀਜ਼ ਨੂੰ ਉਸ ਚੀਜ਼ ਨਾਲ ਮਿਲਾਉਣਾ ਕਿ ਢੱਡਰੀਆਂ ਵਾਲੇ ਉੱਤੇ ਅਟੈਕ ਹੋਇਆ ਸੀਗਾ, ਉਹਨਾਂ ਕੋਲ ਸਿਕਿਉਰਿਟੀ ਵੀ ਸੀ, ਸਭ ਕੁਛ ਸੀਗਾ, ਔਰ ਸਰਕਾਰ ਨੇ ਇਹਨਾਂ ਨੂੰ ਪ੍ਰੋਪਰ ਸਿਕਿਉਰਿਟੀ ਬਾਅਦ 'ਚ ਵੀ ਦਿੱਤੀ ਹੈਗੀ ਹੈ। ਲੇਕਿਨ ਇੱਥੇ ਜਿਹੜੀ ਗੱਲ ਹੋਈ ਹੈ, ਇੱਥੇ ਸਰਕਾਰ ਨੇ ਜਿਹਨਾਂ ਲੋਕਾਂ ਦੀ ਸਿਕਿਉਰਿਟੀ ਹਟਾਈ, ਆਪਣੀ ਪਿੱਠ ਥਾਪਣ ਕਰਕੇ, ਆਪਣੀ ਇੱਕ ਹੋਮੇ ਕਰਕੇ, ਆਪਣੀ ਵਾਹਵਾ ਕਰਾਉਣ ਵਾਸਤੇ ਉਹਨਾਂ ਨੇ ਉਹਨੂੰ ਐਡਵਰਟਾਈਜ਼ਮੈਂਟ ਕੀਤਾ, ਐਡਵਰਟਾਈਜ਼ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ, ਉਹਨਾਂ ਲੋਕਾਂ ਤੱਕ ਪਹੁੰਚਾਇਆ ਜਿਹਨਾਂ ਦੇ ਟਾਰਗੇਟ ਦੇ ਉੱਤੇ ਉਹ ਲੋਕ ਸੀਗੇ, ਉਹਨਾਂ ਤੱਕ ਪਹੁੰਚਾਇਆ। ਇਹ ਕੋਈ ਪਹਿਲੀ ਵਾਰੀ ਸਿਕਿਉਰਿਟੀ ਨਹੀਂ ਹਟਾਈ ਗਈ ਹੈਗੀ, ਜਦੋਂ ਸਾਡੀ ਸਰਕਾਰ ਸੀ ਉਦੋਂ ਵੀ ਲੋਕਾਂ ਦੀ ਸਿਕਿਉਰਿਟੀ ਹਟਾਈ ਗਈ ਸੀਗੀ, ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ 700 ਤੋਂ ਉੱਪਰ ਲੋਕਾਂ ਦੀ ਸਿਕਿਉਰਿਟੀ ਉਹਨਾਂ ਨੇ ਘਟਾਈ ਸੀਗੀ, ਜਦੋਂ ਸੁਖਜਿੰਦਰ ਰੰਧਾਵਾ ਜੀ ਹੋਮ ਮਿਨਿਸਟਰ ਬਣੇ ਨੇ 750 ਤੋਂ ਲੋਕ ਉੱਪਰ ਸੀਗੇ ਜਿਹਨਾਂ ਦੀ ਸਿਕਿਉਰਿਟੀ ਘਟਾਈ ਗਈ ਸੀਗੀ, ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਹੈਗਾ। ਲੇਕਿਨ ਇਸ ਵਾਰ ਮੈਂ ਕਹਿੰਦਾ ਕਿ DGP ਔਰ ਸਿੱਧੇ ਸਿੱਧੇ ਤੌਰ ਦੇ ਉੱਤੇ ਜਿਹੜੇ ਹੋਮ ਮਿਨਿਸਟਰ ਨੇ ਭਗਵੰਤ ਮਾਨ, ਜਿਹੜੇ ਸਾਡੇ ਚੀਫ ਮਿਨਿਸਟਰ ਵੀ ਨੇ, ਉਹ ਦੋਨੋਂ ਜ਼ਿੰਮੇਵਾਰ ਨੇ। ਉਹਨਾਂ ਨੂੰ ਇਹ ਸੋਚਣਾ ਚਾਹੀਦਾ ਸੀਗਾ ਵੀ ਜਿਹੜੇ ਲੋਕਾਂ ਦੀ ਸਿਕਿਉਰਿਟੀ ਹਟਾਈ ਗਈ ਹੈ, ਚਾਹੇ ਉਹ ਕਹਿ ਰਹੇ ਟੈਂਪਰੇਰੀ ਬੇਸ ਤੇ ਹਟਾਈ ਜਾਂ ਘੱਲੂਘਾਰਾ ਕਰਕੇ ਹਟਾਈ, ਇਹ ਤਾਂ ਸਾਰੇ ਐਕਸਕਿਊਜ਼ ਨੇ, ਇਹ ਕੋਈ ਉਹਨਾਂ ਕਰਕੇ ਨਹੀਂ ਹਟਾਈ ਗਈ ਹੈਗੀ। ਤੁਸੀਂ ਅਗਰ ਸਿਕਿਉਰਿਟੀ, ਤੁਹਾਡੇ ਕੋਲ ਫੋਰਸ ਘੱਟ ਹੈ, ਤੁਸੀਂ ਸੈਂਟਰ ਗਵਰਨਮੈਂਟ ਤੋਂ ਮੰਗਾ ਸਕਦੇ ਹੋ, ਥੋੜ੍ਹੀ ਜਲਦੀ ਫੋਰਸ ਉਹ 'ਚ ਕੀ ਹੈ, ਜਿੱਥੇ ਤੁਸੀਂ 3 ਕੰਪਨੀਆਂ ਮੰਗਾਈਆਂ ਉੱਥੇ 6 ਹੋਰ ਮੰਗਾ ਲੈਂਦੇ। ਲੇਕਿਨ ਤੁਸੀਂ ਘੱਟੋ ਘੱਟ ਜਿਹਨਾਂ ਦਾ ਰੋ ਵੱਲੋਂ, ਜਿਹਨਾਂ ਇੰਟੈਲੀਜੈਂਸ ਏਜੰਸੀਆਂ ਨੇ ਦਿੱਤਾ ਹੋਇਆ ਵੀ ਇਹਨਾਂ ਲੋਕਾਂ ਦੇ ਉੱਤੇ ਖਤਰਾ ਹੈ, ਔਰ ਉਹਨਾਂ ਦੀ ਸਿਕਿਉਰਿਟੀ ਤੁਸੀਂ ਹਟਾ ਰਹੇ ਹੋ, ਤੇ ਫਿਰ ਤੁਸੀਂ ਅਖਬਾਰਾਂ 'ਚ ਇਸ਼ਤਿਹਾਰ ਦੇ ਰਹੇ ਹੋ, ਇਹ ਦੋਨੋਂ ਲੋਕ ਜ਼ਿੰਮੇਵਾਰ ਨੇ, ਚਾਹੇ ਉਹ ਪੰਜਾਬ ਦਾ DGP ਹੈ, ਚਾਹੇ ਪੰਜਾਬ ਦਾ ਚੀਫ ਮਿਨਿਸਟਰ ਹੈ। ਅੱਜ 30 ਤਰੀਕ ਦੇ ਵਿੱਚ ਦੋਨਾਂ ਨੂੰ ਬਣੇ ਰਹਿਣ ਦਾ ਕੋਈ ਹੱਕ ਨਹੀਂ, ਕਿਉਂਕਿ ਪੰਜਾਬ ਦੇ ਹਾਲਾਤ ਨੇ ਇੱਥੋਂ ਤੱਕ ਲੈ ਆਉਂਦੇ ਆ। ਜਿਹੜੇ ਅਕਾਲ ਦਲ ਦੇ ਜਥੇਦਾਰ ਨੇ, ਉਹਨਾਂ ਦੀ ਸਿਕਿਉਰਿਟੀ ਹਟਾਈ ਗਈ, ਉਹ ਵੀ ਨਸ਼ਲ ਕੀਤੀ ਗਈ, ਉਹਨਾਂ ਦੀ ਸਿਕਿਉਰਿਟੀ ਹਟਾ ਦਿੱਤੀ ਗਈ ਹੈ। ਉਹ ਦੇਖੋ, ਕਿਉਂਕਿ ਜੇ ਇਸ ਦੌਰ 'ਚੋਂ ਪੰਜਾਬ ਨਿਕਲਿਆ, ਔਰ ਜੇ ਇਸ ਦੌਰ ਦੇ ਵਿੱਚ ਇਹਨਾਂ ਨੇ ਦੁਬਾਰਾ ਲੈ ਆਉਂਦਾ ਇਹ ਸਰਕਾਰ ਨੇ, ਕਿਉਂਕਿ ਜਿਸ ਤਰੀਕੇ ਨਾਲ ਪੰਨੂ ਬਾਰ ਬਾਰ ਕਹਿ ਰਹੇ, ਜਿਹੜੇ ਖਾਲਿਸਤਾਨੀ ਨਾਅਰੇ ਲਾਉਂਦਾ ਹੈ ਕਿ ਮੈਂ ਜਿਹੜੀ ਹੈਗੀ ਇਹਨਾਂ ਦੀ ਮਦਦ ਕੀਤੀ, ਅਸੀਂ ਪੈਸੇ ਵੱਲੋਂ ਵੀ ਮਦਦ ਕੀਤੀ, ਅੱਜ ਤੱਕ ਨਾ ਦੇ ਕੇਜਰੀਵਾਲ, ਨਾ ਭਗਵੰਤ ਮਾਨ, ਨਾ ਇਹਨਾਂ ਦੇ ਕਿਸੇ ਵੀ ਬੰਦੇ ਨੇ ਉਹਨੂੰ ਕੰਡੈਮ ਨਹੀਂ ਕੀਤਾ ਵੀ ਹਾਂ ਨਹੀਂ ਉਹਨੇ ਮਦਦ ਨਹੀਂ ਕੀਤੀ ਹੈਗੀ। ਕਿਤੇ ਨਾ ਕਿਤੇ ਇਹ ਕੁਛ ਤੇ ਸਿਸਟਮ ਚੱਲ ਰਿਹਾ, ਔਰ ਜਿਸ ਤਰੀਕੇ ਨਾਲ ਪੁਲਿਸ ਦਾ ਮਿਸਯੂਜ਼ ਹੋ ਰਿਹਾ ਹੈ ਦਿੱਲੀ ਦੇ ਵਿੱਚ, ਔਰ ਆਪ ਤੇ ਗੰਨਮੈਨ ਲਈ ਫਿਰਦੇ 800-800, ਔਰ ਭਗਵੰਤ ਮਾਨ ਦੀ ਭੈਣ ਨੂੰ ਵੀ ਚਾਹੀਦੇ ਹੈਗੇ ਆ, ਮਦਰ ਨੂੰ ਵੀ ਚਾਹੀਦੇ ਹੈਗੇ ਆ, ਰਾਘਵ ਚੱਡਾ ਨੂੰ ਵੀ ਦਿੱਲੀ ਚਾਹੀਦੇ ਹੈਗੇ ਆ, ਜਰਨੈਲ ਸਿੰਘ ਨੂੰ ਵੀ ਚਾਹੀਦੇ ਹੈਗੇ ਆ। ਲੇਕਿਨ ਇੱਥੋਂ ਦੇ ਹਟਾ ਕੇ ਉੱਥੇ ਗੰਨਮੈਨ ਕਿਉਂ ਦਿੱਤੇ ਜਾ ਰਹੇ ਆ? ਜਿਹਦਾ ਫੋਰਸ ਘੱਟ ਹੈ ਦੇ ਉੱਥੇ ਦਿੱਲੀ ਦੇ ਲਾਉਣ, ਦਿੱਲੀ ਦੇ ਲੋਕ ਨੇ ਦਿੱਲੀ ਦੇ ਵਿੱਚ ਮੰਗਣ, ਆਪਣੀ ਫੋਰਸ ਜਿਹੜੀ ਮੰਗਣੀ ਹੈ, ਪੰਜਾਬ ਦੀ ਫੋਰਸ ਤੁਸੀਂ ਉੱਥੇ ਭੇਜ ਰਹੇ ਹੋ, ਇਹ ਬਿਲਕੁਲ ਮੰਦਭਾਗ ਹੈ, ਅਸੀਂ ਇਹਨੂੰ ਬਿਲਕੁਲ ਕੰਡੈਮ ਕਰਦੇ ਹਾਂ, ਔਰ ਬਿਲਕੁਲ ਫੇਲੀਅਰ ਹੈ ਸਰਕਾਰ ਦਾ, DGP ਦਾ ਵੀ ਫੇਲੀਅਰ ਹੈ। ਅਸੀਂ ਤਾਂ ਸਿੱਧੇ ਤੌਰ ਦੇ ਉੱਤੇ, ਮੈਂ ਤੇ ਤੁਹਾਡੇ ਮਾਧਿਅਮ ਨਾਲ ਇਹ ਮੰਗ ਕਰਨੀ ਚਾਹੁੰਦਾ ਸੈਂਟਰ ਸਰਕਾਰ ਤੋਂ, ਨਰਿੰਦਰ ਭਾਈ ਮੋਦੀ ਤੋਂ, ਜਾਂ ਹੋਮ ਮਿਨਿਸਟਰ ਅਮਿਤ ਸ਼ਾਹ ਤੋਂ, ਕਿ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲ ਰਹੀ ਹੈਗੀ, ਪੰਜਾਬ ਦੇ ਵਿੱਚ ਸੌਦੇਬਾਜ਼ੀ ਚੱਲ ਰਹੀ ਹੈ, ਇੱਕ ਐਸੀ ਸਰਕਾਰ ਆਈ ਹੈ ਜਿਹੜੀ ਨਿਕੰਮੀ ਹੈ, ਵੀਕ ਹੈ, ਇਹਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ, ਔਰ ਇਸ ਰਾਸ਼ਟਰਪਤੀ ਰਾਜ ਲਾ ਦੇਣਾ ਚਾਹੀਦਾ ਹੈ, ਨਹੀਂ ਤਾਂ ਪੰਜਾਬ ਦੇ ਹਾਲਾਤ ਉਹੀ ਹੋ ਜਾਣਗੇ ਜਿਹੜੇ ਅੱਜ ਤੋਂ 30 ਸਾਲ ਪਹਿਲਾਂ ਸੀਗੇ, ਫਿਰ ਜਵਾਨੀ ਜਿਹੜੀ ਗੋਲੀਆਂ ਦੇ ਸ਼ਿਕਾਰ ਹੋਏਗੀ, ਫਿਰ ਇੱਥੇ ਜਿਹੜੇ ਹੈਗੇ ਲੋਕ ਜਿਹੜੇ ਨੇ ਮਜਬੂਰ ਹੋਣਗੇ ਇੱਥੇ ਛੱਡਣ ਵਾਸਤੇ, ਔਰ ਇੱਥੇ ਦੇ ਜਿਹੜੇ ਇੰਡਸਟਰੀ ਦੀ ਗੱਲ ਕਰਦੇ, ਇੰਡਸਟਰੀ ਲੈ ਕੇ ਆ ਰਹੇ ਹਾਂ, ਇੰਡਸਟਰੀ ਛੱਡੋ ਜਿਹੜੀ ਹੈਗੀ ਉਹ ਵੀ ਚਲੀ ਜਾਏਗੀ ਇੱਥੋਂ ਦੀ। ਜੀ ਵਿਕਰਮ ਜੀ, ਤੁਹਾਡਾ ਪੱਖ ਜਾਨਣਾ ਚਾਹਾਂਗਾ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤਾਂ ਉਦੋਂ ਇੱਕ ਵੱਡਾ ਨਾਰਾ, ਵੱਡਾ ਵਾਅਦਾ ਤੇ ਵੱਡਾ ਦਾਅਵਾ ਕੀਤਾ ਗਿਆ ਸੀ ਕਿ ਗੈਂਗਸਟਰਾਂ ਨੂੰ ਨੱਥ ਪਾਈ ਜਾਵੇਗੀ। ਹਾਲਾਂਕਿ ਉਸ ਸਮੇਂ ਗੈਂਗਸਟਰਾਂ ਦਾ ਕਾਫੀ ਜ਼ਿਆਦਾ ਐਨਕਾਊਂਟਰ ਵੀ ਹੋਇਆ, ਪਰੰਤੂ ਉਹਨਾਂ ਗੈਂਗਸਟਰਾਂ ਨੇ ਤੁਹਾਡਾ ਸਾਥੀ, ਤੁਹਾਡਾ ਇੱਕ MLA ਦੀ ਚੋਣ ਲੜਨ ਵਾਲਾ ਵੱਡਾ ਦਿੱਗਜ ਸਿੱਧੂ ਮੂਸੇਵਾਲਾ ਬੀਤੇ ਦਿਨ ਖਾ ਲਿਆ, ਕਿਵੇਂ ਵੇਖਦੇ ਹੋ ਇਸ ਪੱਖ ਨੂੰ? ਚਰਨਜੀਤ ਜੀ ਸਤਿ ਸ੍ਰੀ ਅਕਾਲ। ਬੜੇ ਦੁਖੀ ਮਨ ਦੇ ਨਾਲ ਅੱਜ ਤੁਹਾਡੇ ਨਾਲ ਵਿਚਾਰ ਵਿਮਰਸ਼ ਕਰਨ ਜਾ ਰਹੇ ਹਾਂ, ਕਿਉਂਕਿ ਸਾਡੇ ਤੋਂ ਕੱਲਾ ਇੱਕ ਸਿੰਗਰ ਹੀ ਨਹੀਂ ਖੋਇਆ ਗਿਆ, ਕੱਲਾ ਇੱਕ ਪੋਲੀਟੀਸ਼ੀਅਨ ਨਹੀਂ ਖੋਇਆ ਗਿਆ, ਪੰਜਾਬ ਦੀਆਂ ਸਾਰੀਆਂ ਮਾਵਾਂ ਤੋਂ ਉਹਨਾਂ ਦਾ ਪੁੱਤ ਤੇ ਸਾਰੇ
कांग्रेस सरकार वेले तुसी देख सकते हो कि किस तरह गैंगस्टरां दे खिलाफ एक हनेरी उठी सी, बेशक वह कैप्टन सरकार होवे जां चरणजीत सिंह चन्नी दी सरकार होवे, उदों काफी हद तक गैंगस्टरां नूं नकेल पाई गई सी। पर मैं गल करां जे मौजूदा सरकार दी, वैसे तां मैनूं यह लग रहा कि मैनूं आपदे भरा दी मौत ते राजनीति नहीं करनी चाहीदी, पर मेरे कोले होर कोई प्लेटफॉर्म भी नहीं जिथे मैं आपदे दिल दी गल कह सकां तुहाडे तों बिना कि सीधे ते असिधे रूप दे विच अज पंजाब दी सरकार सिद्धू मूसे वाले दी कातल है। जिवें कि तुहानूं सब नूं पता है, कल दा तुसीं सुरखियां दे विच पढ़ रहे हो कि कुछ समा पहला, कुछ घंटे पहले ही उहदे घरों सिक्योरिटी गार्ड जांदे ने ते उधर हत्यारे जिहड़े कि धाक लाई बैठे सी कि कदों सिद्धू मूसे वाले दे सिक्योरिटी गार्ड उह तों वक्ख होण ते असीं उसदा कतल कर सकीए। जे किते भगवंत मान साहब सिद्धू मूसे वाले दी उहनां जो उहनां ने शिकायतां उच्च अधिकारियां कोले कीतियां सी, बकायदा चरणजीत जी उहनां ने अज नहीं वह पिछले काफी महीनों तो उच्च अधिकारियों के संपर्क में सन, तुसी पता कर सकते हो, उन्होंने खुद बाय नेम उन्होंने गैंगस्टरों के नाम दसे सी कि फलाना गैंगस्टर मेरे तो फलानी चीज की मंग कर रहा, फलाना गैंगस्टर मैं फलानी चीज की धमकी दे रहा। पर इन्हां सरकारां दी कन्न ते जू नहीं सरकी। जिहड़ी सब तो वड्डी गलती की इन्होंने आपकी वाह वाही खट्टण के चक्करां दे विच जिन्हां तो सिक्योरिटियां खोईयां उन्हां दे नाम जन तक करते कि जाओ जिहड़े जिहड़े भी उन्हां दे कातल ढाक लाई बैठे ने, जाओ हुण उह वेले हो गए ते उन्हां नूं कतल कर दिओ। ਇਹ ਸਿੱਧੇ ਤੇ ਸਿੱਧੇ ਰੂਪ ਦੇ ਵਿੱਚ ਮੈਂ ਭਗਵੰਤ ਮਾਨ ਸਰਕਾਰ ਨੂੰ ਇਸਦਾ ਕਾਤਲ ਮੰਨਦਾ, ਜਿਨ੍ਹਾਂ ਨੇ ਇੱਕ ਪੰਜਾਬ ਦਾ ਸਿਰਮੌਰ ਗਾਇਕ ਹੀ ਨਹੀਂ ਇੱਕ ਪੰਜਾਬ ਦੀ ਪਹਿਚਾਣ ਸੀ, ਉਹਨੇ ਪੰਜਾਬ ਇੰਡੀਆ ਆਲ ਓਵਰ ਵਰਲਡ ਦੇ ਵਿੱਚ ਇੱਕ ਪੰਜਾਬ ਦਾ ਨਾਮ ਬਣਾਇਆ ਸੀ। ਪੰਜਾਬ ਦੇ ਹੋਰ ਕਿਸੇ ਇਨਸਾਨ ਨੂੰ ਕੋਈ ਜਾਣਦਾ ਜਾਂ ਨਾ ਜਾਣਦਾ ਹੋਵੇ, ਪਰ ਸਿੱਧੂ ਮੂਸੇ ਵਾਲੇ ਨੂੰ ਵਰਲਡ ਦਾ ਜਿੰਨੇ ਵੀ ਵਰਲਡ ਦੇ ਵਿੱਚ ਕੰਟਰੀਆਂ ਨੇ ਹਰ ਕੰਟਰੀ ਦੇ ਵਿੱਚ ਉਸ ਨੂੰ ਜਾਣਨ ਵਾਲੇ ਲੋਕ ਬੈਠੇ ਨੇ। ਅੱਜ ਪੰਜਾਬ ਤੋਂ ਬਹੁਤ ਵੱਡਾ ਹੀਰਾ ਖੋਇਆ ਗਿਆ ਜੀ, ਜਿਹਦਾ ਸਿੱਧੇ ਰੂਪ ਦੇ ਵਿੱਚ ਮੈਂ ਆਪਣੇ ਸ਼੍ਰੀਮਾਨ ਸੀਐਮ ਭਗਵੰਤ ਮਾਨ ਜੀ ਨੂੰ ਮੰਨਦਾ, ਜਿਨ੍ਹਾਂ ਨੇ ਇੱਕ ਇਸ ਨੂੰ ਇੱਕ ਬਹੁਤ ਲਾਈਟਲੀ, ਉਹ ਕਿ ਲੋਕਲ ਸਿੰਗਰ ਥੋੜੀ ਸੀ ਕਿ ਜੀ ਇਹਨਾਂ ਨੇ ਉਹਨਾਂ ਨੂੰ ਸਿਰਫ ਦੋ ਗਨਮੈਨ ਛੱਡ ਤੇ ਬਾਕੀ ਖੋਲੇ, ਉਹ ਇੱਕ ਬਹੁਤ ਵੱਡਾ ਸਿੰਗਰ ਸੀ, ਉਸਨੂੰ ਬਹੁਤ ਵੱਡੇ ਲੈਵਲ ਤੇ ਧਮਕੀਆਂ ਆ ਰਹੀਆਂ ਸੀ। ਕਿੱਥੇ ਗਈਆਂ ਸੀ ਇਹਨਾਂ ਦੀਆਂ ਇੰਟੈਲੀਜੈਂਸੀਆਂ, ਕਿੱਥੇ CID, ਕਿੱਥੇ ਇਹਨਾਂ ਦੀਆਂ ਹੋਰ ਖੁਫੀਆ ਏਜੰਸੀਆਂ ਜਿਨ੍ਹਾਂ ਨੇ ਇਹਨਾਂ ਨੂੰ ਦੱਸਿਆ ਤੱਕ ਨਹੀਂ। ਤੁਸੀਂ ਸੁਣਿਆ ਹੋਣਾ ਆਪਣੇ ਸਿੱਧੂ ਮੂਸੇਵਾਲੇ ਦੇ ਕਰੀਬੀ ਦੱਸਦੇ ਆ ਕਿ ਕੁਝ ਸਮਾਂ ਪਹਿਲਾਂ ਉਹ ਕਾਤਲ ਉਹਦੇ ਪਿੰਡ ਦੇ ਵਿੱਚ ਕਿਰਾਏ ਦੇ ਮਕਾਨ ਤੇ ਵੀ ਰਹਿ ਕੇ ਗਏ ਸੀ, ਪਰ ਉਦੋਂ ਸਿਕਿਉਰਿਟੀ ਹੋਣ ਕਰਕੇ ਉਹਨਾਂ ਨੂੰ ਉਹ ਮੌਕਾ ਨਹੀਂ ਮਿਲਿਆ ਕਿ ਸਿੱਧੂ ਮੂਸੇਵਾਲੇ ਤੇ ਅਟੈਕ ਕਰ ਸਕਣ। ਪਰ ਜਿਵੇਂ ਹੀ ਆਪਣੀ ਪੰਜਾਬ ਸਰਕਾਰ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਮੀਡੀਆ ਦੇ ਵਿੱਚ ਨਸ਼ਰ ਕਰਦੀ ਆ, ਉਹਦੇ ਕੁਝ ਘੰਟਿਆਂ ਦੇ ਅੰਦਰ ਆ ਭਾਣਾ ਵਾਪਰ ਜਾਂਦਾ। ਹੁਣ ਤੁਸੀਂ ਦੱਸੋ ਇਸ ਦਾ ਕਾਰਨ ਕਿਸ ਨੂੰ ਮੰਨਿਆ ਜਾਵੇ? ਮੈਂ ਉਹਨਾਂ ਗੈਂਗਸਟਰਾਂ ਨੂੰ ਦੂਜੇ ਨੰਬਰ ਤੇ ਮੰਨਦਾ, ਪਹਿਲੇ ਨੰਬਰ ਤੇ ਪੰਜਾਬ ਸਰਕਾਰ ਇਸ ਦੀ ਕਾਤਲ ਹੈ, ਜਿਸ ਨੇ ਸਾਡੇ ਤੋਂ ਹੀਰੇ ਵਰਗਾ ਭਰਾ, ਹੀਰੇ ਵਰਗਾ ਗਾਇਕ, ਹੀਰੇ ਵਰਗਾ ਇੱਕ ਬਹੁਤ ਵੱਡਾ ਪੰਜਾਬ ਦਾ ਨਾਮ ਉੱਚਾ ਚੱਕਣ ਵਾਲਾ ਲੀਜੈਂਡ ਖੋ ਲਿਆ। ਸੁਰਿੰਦਰ ਕੰਵਲ ਜੀ, ਤੁਹਾਡੇ ਵੱਲ ਆਉਣਾ ਚਾਹਾਂਗਾ। ਜਿਸ ਤਰ੍ਹਾਂ ਭੁੱਲਰ ਸਾਹਿਬ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਭਗਵੰਤ ਮਾਨ ਨੂੰ ਲੱਗਦਾ ਸੀ ਤਾਂ ਉਹ 2 ਦੀ ਜਗ੍ਹਾ 3-3 ਦੀ ਜਗ੍ਹਾ 4-4 ਦੀ ਜਗ੍ਹਾ 6 ਕੰਪਨੀਆਂ ਬੁਲਾ ਸਕਦੇ ਸਨ, ਜੇਕਰ ਜਿਸ ਤਰ੍ਹਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਘੱਲੂਘਾਰੇ ਦਿਵਸ ਨੂੰ ਲੈ ਕੇ ਪੁਲਿਸ ਦੀ ਲੋੜ ਹੁੰਦੀ ਹੈ, ਰਿਕੁਆਇਰਮੈਂਟ ਜ਼ਿਆਦਾ ਵੱਧ ਜਾਂਦੀ ਹੈ ਤਾਂ ਜੋ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ 1939 ਨਾ ਹੋਵੇ, ਉਸ ਨੂੰ ਲੈ ਕੇ ਇਹ ਗੱਲ ਰੱਖੀ ਗਈ ਹੈ। ਪਰੰਤੂ ਹੁਣ ਇੰਟੈਲੀਜੈਂਸੀਆਂ 'ਤੇ ਵੀ ਸਵਾਲ ਉੱਠਦਾ ਦਿਖਾਈ ਦੇ ਰਿਹਾ ਕਿ ਇੰਟੈਲੀਜੈਂਸੀਆਂ ਵੱਲੋਂ ਇਹ ਗੱਲ ਰੱਖੀ ਜਾਂਦੀ ਹੈ ਕਿ ਸਿੱਧੂ ਮੂਸੇਵਾਲੇ ਨੂੰ ਕੋਈ ਖਤਰਾ ਨਹੀਂ, ਪਰੰਤੂ ਖਤਰੇ ਤੋਂ ਅਗਲੇ ਦਿਨ ਹੀ, ਜਿਸ ਦਿਨ ਸਿਕਿਉਰਿਟੀ ਵਿਡਰੋਲ ਹੁੰਦੀ ਹੈ ਉਸ ਤੋਂ ਅਗਲੇ ਦਿਨ ਹੀ ਕੁਝ ਘੰਟਿਆਂ ਬਾਅਦ ਹੀ 24 ਘੰਟੇ ਵੀ ਨਹੀਂ ਬੀਤਦੇ ਤਾਂ ਉਹਨਾਂ ਦਾ ਕਤਲ ਹੋ ਜਾਂਦਾ। ਤੇ ਇਸ ਨੂੰ ਲੈ ਕੇ ਕਿਵੇਂ ਵੇਖਦੇ ਹੋ? ਬੀਜੇਪੀ ਦਾ ਕੀ ਸਟੈਂਡ ਹੈ? ਬੀਜੇਪੀ ਕਿਵੇਂ ਵੇਖਦੀ ਹੈ ਕਿ ਪੰਜਾਬ ਦੇ ਹਾਲਾਤ ਪਹਿਲਾਂ ਵਰਗੇ ਹੋਣ ਜਾ ਰਹੇ ਨੇ ਜਾਂ ਕਿਤੇ ਨਾ ਕਿਤੇ ਬੀਜੇਪੀ ਇਹਨਾਂ ਹਾਲਾਤਾਂ ਤੇ ਕੰਟਰੋਲ ਕਰੇਗੀ? ਠੀਕ ਕਮਲ ਜੀ, ਸ਼ੁਕਰੀਆ ਚਰਨਜੀਤ ਜੀ, ਬਹੁਤ ਅਹਿਮ ਤੇ ਮਤਲਬ ਇੱਕ ਸੰਜੀਦਾ ਵਿਸ਼ਾ ਵਾ। ਔਰ ਸਭ ਤੋਂ ਪਹਿਲਾਂ ਤਾਂ ਮੈਂ ਬੀਜੇਪੀ ਦੇ ਵੱਲੋਂ ਆਪਣੇ ਇਸ ਵੀਰ ਦੇ ਤੁਰ ਜਾਣ ਦੇ ਉੱਤੇ ਦੁੱਖ ਵਿਅਕਤ ਕਰਦੀ ਹਾਂ ਕਿ ਉਹ ਸਾਰੀਆਂ ਮਾਵਾਂ ਜਿਹੜੀਆਂ ਅੱਜ ਉਸ ਮਾਂ ਦੇ ਵਹਿਣ ਸੁਣੇ ਨਹੀਂ ਜਾਂਦੇ ਵੀ ਕਿਸ ਤਰ੍ਹਾਂ ਉਹ ਆਪਣੇ ਪੁੱਤ ਦੇ ਲਈ ਪਾ ਰਹੀ ਹੈ ਨਾ, ਤਾਂ ਪੰਜਾਬ ਜਿਹੜਾ ਵਾ ਉਹ ਇੱਕ ਵਾਰੀ ਇਸ ਤਰ੍ਹਾਂ ਬਲਦੀ ਦੇ ਅੱਗ ਦੇ ਵਿੱਚੋਂ ਨਿਕਲਿਆ ਵਾ। ਤਾਂ ਮੈਂ ਕੱਲ੍ਹ ਇੱਕ ਚੀਜ਼ ਲਿਖੀ ਸੀ ਕਿ ਅੱਜ ਪੰਜਾਬ ਦੇ ਜਿਸਮ ਨੂੰ ਫੇਰ ਛਿੜੀਏ ਝੁੰਚਣੀ, ਅੱਜ ਪੰਜਾਬ ਦੇ ਮੱਥੇ ਉੱਤੇ ਫੇਰ ਤਰੇਲੀ ਆਈਏ, ਅੱਜ ਸਮਾਨ ਦੀ ਹਿੱਕ ਪਟ ਕੇ ਰੋਈਏ ਜ਼ਾਰੋ ਜ਼ਾਰ, ਅੱਜ ਪੰਜਾਬ ਦੇ ਲੇਖਾਂ ਦੇ ਵਿੱਚ ਫੇਰ ਹਨੇਰੀ ਛਾਈਏ। ਤੋ ਕੱਲ ਪੰਜਾਬ ਦਾ ਹਰ ਇੱਕ ਪੱਤਾ ਪੱਤਾ, ਹਰ ਇੱਕ ਪੰਜਾਬ ਦਾ ਜਿਹੜਾ ਕਿਣਕਾ ਸੀ ਨਾ, ਉਹਨੇ ਸਿੱਧੂ ਮੂਸੇਵਾਲ ਦੇ ਹੱਕ ਦੇ ਵਿੱਚ ਹਾਂ ਮਾਰੀ ਤੇ ਲੋਕਾਂ ਨੇ ਉਹ ਹੌਕਾ ਪੰਜਾਬ ਦੇ ਅਸਮਾਨ ਤੋਂ ਸੁਣਿਆ ਜਾ ਸਕਦਾ ਸੀਗਾ। ਦੂਜੀ ਗੱਲ ਮੈਂ ਇੱਥੇ ਰੱਖਣਾ ਚਾਹੁੰਦੀ ਹਾਂ ਕਿ ਜਦੋਂ ਸਰਕਾਰਾਂ ਬਣਦੀਆਂ ਨੇ ਉਦੋਂ ਸੰਵਿਧਾਨ ਦੀ ਸਹੁੰ ਚੁੱਕੀ ਜਾਂਦੀ ਆ, ਤੇ ਉਦੋਂ ਇਹ ਕਿਹਾ ਜਾਂਦਾ ਵਾ ਕਿ ਅਸੀਂ ਹਰ ਸਰਕਾਰ ਦੇ ਵੱਲੋਂ ਕੀਤੇ ਗਏ ਕੰਮ
लोगों की प्रतिष्ठा तो बहुत सारिया चीज़ों की सहु चुकई जाती है तो की ये गल् जगिया गोपनीयता की जेडे सरकार के कामों की गोपनीयता की सहु जी वह चुकी गई सी पहले दिन जो ये मंत्रीमंडल भगवंत मान के नाल के मंत्रीमंडल ने जो सहु चुकिया ये सारिया गल् जो फैसले लेंगे ने सहुआ के नहीं आते जो जो पंजाब की सिक्योरिटी की गोपनीयता दहु चुकिया जा दूसरी गल जदों एक जेकर ये सहु चुक के सरकार नू एक मदारी की डुग डुगी दे वांगू वजाउंदे ने तां इह उहनां चीज़ां दे लई सज़ा याफ्ता होने चाहीदे आ। भगवंत मान नू इखलाकी तौर दे उत्ते पहल दे आधार उत्ते अपनी मंत्री मंडल दे समेत अस्तीफा दे देना चाहीदा वा कि उहनां दे कार्यकाल दे विच किड्डे किड्डे वड्डे गबरू जिहड़े ने जिन्हां जिहड़े मतलब पट्टां ते छातियां दे उत्ते हाथ मारदे जिन्हां नू कोई ललकारदा नहीं आ उन्हां उन्हां गबरूआं नू इहनां ने मतलब किस तरह मलिया मेट कर दिता कि यह दाणिया वांगू भुन्न वास्ते पंजाब दीआं मावां ने गबरू दिते जां दाणिया वांगू भुन्न वास्ते यह जिहड़ियां सरकारां बना के दित्तियां इन्हां ने जिन्ना भी झूठ दे पलंदे दे उत्ते इन्हां ने सरकार बनाई लेकिन अज सरकार दी डुग डुगी ने इन्हां ने सर्कस दी डुग डुगी बना दिता वा जिहदे विच इन्हां कोलों नहीं सरकारां संभालियां जांदियां नहीं कानून संभालिया जांदा नहीं लॉ एंड ऑर्डर संभालिया जांदा। तुसीं पिछले दिनां दे दौरान दो महीनियां दा इन्हां दा कार्यकाल देखो किन्ने साढ़े नौजवान बच्चे मैं तुहानूं एक छोटी जी गल दस दी हां दर्शन औलक साहब होरां दे नाल मेरी बड़ी अकीदत आ क्योंकि मैं भी फिल्म इंडस्ट्री तो एक राइटर और दूरदर्शन तो निकल के मैनूं चंगी तरह जानते ने मैनूं बहुत दुख होया कि मतलब जदों यह सारा कुछ क्योंकि इन्हां दिनां दे दौरान साढ़े बच्चे खुद भी मूव कर गए इत्थों इसे डर करके लेकिन यह दुख किड्डे वड्डे ने किस तरह मतलब मां प्यो किस तरह सहन बाहवां टुट जांदियां ने प्योवां दियां बाहवां मतलब मावां दे जिगरे फुट फुट विरलाप करदे आ। तो यह सारियां चीज़ां मैं पिछले दिन ही तुहानूं दसदी हां एक कबड्डी दे इंटरनेशनल प्लेयर नूं मैं मिलन गई कोई समस्या सीगी मैं उहनां दे घरे गई कहिंदे मैं आ नहीं सकदा मैं उहनां दे घरे गई उस दे चेहरे दे उत्ते जिहड़ा मैं डर वेख्या और उस दिन मैं उहनूं मजाक कर रही सी कि भाई तुहाडे वर्गे सत सत फुटे गभरू इस तरह अंदर बैठे चंगे नहीं लगते हैगे ग्राउंडां च जाओ तो अपने आप का जिहड़ा वा उह मतलब प्रैक्टिस ना छड्डो तुसीं थोड़ी देर प्रैक्टिस छड्डोगे मसल जवाब दे जाणगे। उहने मैनूं कहा कि मैम रब दा वास्ता तुसीं इस सिचुएशन नूं समझ नहीं सकदे तुसीं वेख्या वा ग्राउंडां च जांदे मुंडे सत सत फुटे गोलियां दे अगे सत फुटा बंदा की कहिंदा वा। तो अज जदों सिद्धू मूसेवाल दे नाल इह घटना वापरी कल तो जदों वह असमान एकदम चीर गया तो मैनू उहदा चेता आया उहदे उहदे फेस का तो मैनू इस गल की समझ लगी कि डर जिहड़ा वा वह अज मशहूर होईयां हस्तियां जे मेहनत कश ये जिहड़े साडे नौजवान ने उहनां दे अंदर डर किस तरह का पा दिता जे दो तां महीने होए सरकार दे इस दो महीने तो पहलां तां चलो जिस तरह की मर्जी माड़ी चंगी कांग्रेस की सरकार भावें सीगी कर कीता तां उहनां ने भी नहीं चंगा क्योंकि देखो पंजाब दे पिंडे दे उत्ते हर 10 साल बाद पंजाब दी नौजवानी दे पिंडे दे उत्ते कैसा कहर ढाया जांदा वा तुसीं 84 तों वेख लो जिवें ही कांग्रेस ने जदों और फिर एक गल होर आउंदी है इहदे विच मैं किते मिस ना कर जा देखो जदों सिक्योरिटीआं सीएम हटाउंदा वा तुसीं देखो दौर किहड़ा चल रिहा वा जून दा महीना चल रिहा वा जून दे महीने दे विच इक इक दिन दे विच जदों जून 84 वापरदा वा उदों पंजाब दी धरती कित तरह लहू लुहान हुंदी आ हरिमंदर साहब कित तरह लहू लुहान हुंदा वा। तो इन्हां नूं घट्टो घट्ट जे दूर अंदेशी नहीं आ तां अपने आप नूं अस्तीफे दे देण अपनियां कुर्सियां दे उत्ते घट्टो घट्ट पंजाब दे लोकां नूं इस तरीके दे नाल तेरा ना मार देण। तो अज दा जिहड़ा दौर चलदा पिया वा उह इन्हां दी अनगेली इन्हां दी बेवकूफी और इन्हां दी कम दिली ते सौड़ी सोच दा नतीजा वा और इह गल्लां सारियां बिल्कुल सामने नजर आउण डईआं ने कि दे पीपल आर नॉट वर्थ फॉर द पोलिटिकल सैगमेंट। देखो एक मैं अगे भी एक गल करती हूँ कि कुछ चीज़ा कुदरत ने कुछ सैगमेंट कुछ लोगों के लिए मुकर्रर किए हुए ने तो भगवंत मान जेकर स्टेज की एक बड़ी पुख्ता हस्ती ने वह हसन हसाउण का काम तो करते हैं लेकिन जिहड़ी पॉलिटिक्स आ एक संजीदा विशा वा पॉलिटिक्स ये नहीं आ कि सवेरे कोई गल इंप्लीमेंट कर दी तो रात को उसनों डिनाई कर दो रात को तुहानू सुपना आता कोई गल इंप्लीमेंट कर दो तो सवेरे उसनों डिनाई कर दो। तो पॉलिटिक्स इस चीज़ का नाँ नहीं आ पॉलिटिक्स दूर अंदेशी का नाँ वा कि सारे सैगमेंट को तुसी विचार के उसके प्रति फैसले लो। तो मैं ये गल तो बिल्कुल कंडैम करती हाँ कि साढ़े नौजवान पुत्रां दियां जिहड़ियां लाशां ने उह कितना सत्थर वेचदे पए ने इस करके इन्हां नूं लोकां ने बदलाव लई वोटां नहीं सी पाईआं
ਲੋਕਾਂ ਨੇ ਚਲੋ ਵਿਦਰੋਹ ਦੇ ਵਿੱਚ ਵੋਟਾਂ ਪਾਈਆਂ ਸੀ ਪਰ ਉਸ ਦਾ ਖਮਿਆਜ਼ਾ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਸੀ ਉਹਨਾਂ ਨੂੰ ਇਸ ਤਰ੍ਹਾਂ ਦਾ ਨਾ ਦੇਣ ਕਿ ਨੌਜਵਾਨ ਪੁੱਤ ਜਿਹੜੇ ਨੇ ਮਾਰ ਕੇ ਉਹਨਾਂ ਦੇ ਘਰੇ ਆਉਣ ਤੋਂ ਦਿਸ ਇਜ਼ ਐਕਚੁਅਲੀ ਬੈਡ ਫਾਰ ਦਾ ਪੰਜਾਬ ਇੱਕ ਕਾਲਾ ਦੌਰ ਪੰਜਾਬ ਦੇ ਲਈ ਆ ਗਿਆ ਮੈਂ ਭਗਵੰਤ ਮਾਨ ਤੋਂ ਬਤੌਰ ਇੱਕ ਸਪੋਕਸ ਪਰਸਨ ਬੀਜੇਪੀ ਔਰ ਪੰਜਾਬ ਦੀ ਧੀ ਹੋਣ ਦੇ ਨਾਤੇ ਮੈਂ ਇਹ ਗੱਲ ਕਹੂੰਗੀ ਕਿ ਭਗਵੰਤ ਮਾਨ ਨੂੰ ਆਪਣੇ ਮੰਤਰੀ ਮੰਡਲ ਦੇ ਸਮੇਤ ਅਸਤੀਫਾ ਦੇ ਦੇਣਾ ਚਾਹੀਦਾ ਔਲਖ ਸਾਹਿਬ ਦੇਖੋ ਇੱਕ ਵੱਡੇ ਸਿੰਗਰ ਦਾ ਤੁਰ ਜਾਣਾ ਤੁਹਾਡੀ ਇੰਡਸਟਰੀ ਦੇ ਵਿੱਚ ਇੱਕ ਮੈਂ ਤੁਹਾਡੇ ਤੋਂ ਸਵਾਲ ਵੀ ਕਰਨਾ ਚਾਹੂੰਗਾ ਤੁਹਾਡੇ ਤੋਂ ਇੱਕ ਪੁੱਛਣਾ ਵੀ ਚਾਹੂੰਗਾ ਕਿ ਇੱਕ ਸਵਾਲ ਖੜਾ ਹੁੰਦਾ ਕਿ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਫਰੋਤੀਆਂ ਮੰਗਣੀਆਂ ਕਿਸੇ ਦਾ ਮਾੜਾ ਕਰਨਾ ਕਿਸੇ ਦਾ ਪੁੱਤ ਮਾਰਨਾ ਕਿਸੇ ਦੇ ਪੁੱਤ ਨੂੰ ਮਰਵਾਉਣਾ ਇਹ ਸਭ ਕੁਝ ਚੱਲਦਾ ਹੈ ਪਰੰਤੂ ਇੱਕ ਗੱਲ ਇੱਕ ਦਾਗ ਲੱਗਦਾ ਪੰਜਾਬ ਇੰਡਸਟਰੀ ਦੇ ਕਾਫੀ ਲੰਬੇ ਅਰਸੇ ਤੋਂ ਕਿ ਪੰਜਾਬ ਇੰਡਸਟਰੀ ਦੇ ਜਿਹੜੇ ਸਿੰਗਰ ਨੇ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਉਹਨਾਂ ਗੈਂਗਸਟਰਾਂ ਦੇ ਨਾਲ ਜੁੜੀਆਂ ਹੋਈਆਂ ਨੇ ਉਹ ਗੈਂਗਸਟਰਾਂ ਤੋਂ ਆਪਣੇ ਤੌਰ 'ਤੇ ਵੀ ਕੰਮਕਾਰ ਕਰਾਉਂਦੇ ਨੇ ਕਿ ਕਾਫੀ ਜ਼ਿਆਦਾ ਗੈਂਗਸਟਰ ਵੀ ਇਸ ਮਾਹੌਲ ਦੇ ਵਿੱਚ ਲਿਪਤ ਨੇ ਇੱਕ ਦੂਜੇ ਦੇ ਨਾਲ ਵੈਰ ਵਿਰੋਧ ਵੀ ਕੱਢਦੇ ਨੇ ਹਾਲਾਂਕਿ ਗੈਂਗਸਟਰਾਂ ਦੇ ਲਈ ਕੋਈ ਵੀ ਮਾਰਨਾ ਔਖਾ ਨਹੀਂ ਹੁੰਦਾ ਉਹ ਇਹ ਨਹੀਂ ਦੇਖਦੇ ਕਿ ਸਾਹਮਣੇ ਸਿੰਗਰ ਹੈ ਸਾਹਮਣੇ ਕਿਸੇ ਦਾ ਪੁੱਤ ਹੈ ਕਿਸੇ ਦੀ ਧੀ ਹੈ ਉਹ ਇਹ ਕੁਝ ਨਹੀਂ ਦੇਖਦੇ ਪਰੰਤੂ ਹੁਣ ਇੱਕ ਵੱਡੇ ਸਿੰਗਰ ਦਾ ਇੱਕ ਵੱਡੇ ਸਿਤਾਰੇ ਦਾ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਇਹ ਕਿਤੇ ਨਾ ਕਿਤੇ ਸਵਾਲਾਂ ਦੇ ਕਿਹੜੇ ਦੇ ਵਿੱਚ ਤਾਂ ਹੈ ਹੀ ਹੈ ਅਤੇ ਦੂਜਾ ਸਵਾਲ ਸਰਕਾਰ ਨੂੰ ਲੈ ਕੇ ਕੀ ਰੱਖੋਗੇ ਕਿਉਂਕਿ ਭਗਵੰਤ ਮਾਨ ਮੁੱਖ ਮੰਤਰੀ ਵੀ ਤੁਹਾਡੀ ਇੰਡਸਟਰੀ ਦੇ ਹੀ ਨੇ ਉਹ ਤੁਹਾਡੀ ਇੰਡਸਟਰੀ 'ਚੋਂ ਹੀ ਨਿਕਲ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਅਗਲਾ ਕਲਾਕਾਰ ਭਾਈਚਾਰੇ ਦਾ ਅਗਲਾ ਰੁੱਖ ਕੀ ਹੋਵੇਗਾ ਇਹ ਇਨਜ਼ਾਮ ਰੁਕਣਗੇ ਕਿਵੇਂ ਔਲਖ ਸਾਹਿਬ ਚਰਨਜੀਤ ਜੀ ਗੱਲ ਇਸ ਤਰ੍ਹਾਂ ਹੈ ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਕ੍ਰਾਈਮ ਕਰਦੇ ਨੇ ਇਹ ਕੋਈ ਅਫਗਾਨਿਸਤਾਨ ਤੋਂ ਨਹੀਂ ਆਏ ਹੋਏ ਇਹ ਸਾਡੇ ਇੱਥੇ ਕਿਸੇ ਪੰਜਾਬ ਦੀਆਂ ਮਾਵਾਂ ਦੇ ਪੁੱਤ ਆ ਕੋਈ ਕਿਸੇ ਸਟੇਟ ਦਾ ਕੋਈ ਕਿਸੇ ਸਟੇਟ ਦਾ ਜਿਹੜੇ ਜਿਹਨਾਂ ਨੂੰ ਜਿਹੜੀ ਸਿਆਸਤ ਦਾ ਯੂਜ਼ ਕਰਦੀ ਹੈ ਅਲੱਗ ਅਲੱਗ ਪਹਿਲੂਆਂ ਦੇ ਉੱਤੇ ਇਹਨਾਂ ਨੂੰ ਅਲੱਗ ਅਲੱਗ ਜਗ੍ਹਾ ਦੇ ਉੱਤੇ ਇਹਨਾਂ ਨੂੰ ਹਲ ਪੁਆਇੰਟ ਕੀਤਾ ਜਾਂਦਾ ਵੀ ਤੁਸੀਂ ਇਹ ਕੰਮ ਕਰਨਾ ਹੈ ਜਦੋਂ ਅੱਤਵਾਦ ਦਾ ਸਮਾਂ ਸੀ ਉਦੋਂ ਵੀ ਇਹ ਚੀਜ਼ਾਂ ਹੋਈਆਂ ਸਭ ਨੂੰ ਪਤਾ ਹੈ ਸਾਰੇ ਉਸ ਕਾਲੇ ਦੌਰ 'ਚੋਂ ਨਿਕਲ ਕੇ ਆਏ ਆਪਾਂ ਅੱਖਾਂ ਨਾਲ ਦੇਖਿਆ ਹੋਇਆ ਜਿਹੜੇ ਸਿਆਸੀ ਲੋਕ ਆ ਉਹਨਾਂ ਨੇ ਆਪਣੀ ਸਿਆਸਤ ਕਰਨੀ ਹੁੰਦੀ ਉਹ ਤੁਹਾਨੂੰ ਵੀ ਪਤਾ ਹੈ ਹਰ ਬੰਦਾ ਸਿਆਸਤ ਕਰਦਾ ਪਰ ਅੱਜ ਜਿਹੜਾ ਸਾਡੇ ਕਲਾਕਾਰ ਭਾਈਚਾਰੇ ਵੱਲੋਂ ਮੈਂ ਬੇਨਤੀ ਕਰੂੰਗਾ ਕਿ ਆਪਾਂ ਇਸ ਮੁੱਦੇ 'ਤੇ ਸਿਆਸਤ ਨਾ ਕਰੀਏ ਆਪਾਂ ਇਸ ਮੁੱਦੇ ਦੇ ਉੱਤੇ ਇੱਕ ਚੰਗੀ ਡਿਸਕਸ਼ਨ ਕਰੀਏ ਪੰਜਾਬ ਨੂੰ ਕਿਵੇਂ ਬਚਾਉਣਾ ਉਹਦੇ ਲਈ ਅਸੀਂ ਸੰਜੀਦਾ ਭਗਵੰਤ ਮਾਨ ਵੀ ਸੰਜੀਦਾ ਮੈਂ ਨਹੀਂ ਇਹ ਕਹਿੰਦਾ ਸੰਜੀਦਾ ਕਿਉਂਕਿ ਇਹਦੇ ਸਿੱਧੇ ਤੌਰ 'ਤੇ ਮੈਂ ਕਹਾਂ ਜਿਵੇਂ ਬਾਕੀ ਪਾਰਟੀਆਂ ਦੇ ਜਾਂ ਸਿਆਸੀ ਪਾਰਟੀਆਂ ਕਹਿ ਰਹੀਆਂ ਇਹਦੇ ਵਿੱਚ ਹੁਣ ਦੇਖੋ ਕੋਈ ਵੀ ਪਾਰਟੀ ਬਣਦੀ ਆ ਉਹਨਾਂ ਨੂੰ ਸਮਾਂ ਚਾਹੀਦਾ ਹੁੰਦਾ ਇਹ ਗਲਤੀ ਉਹਨਾਂ ਦੀ ਜ਼ਰੂਰ ਆ ਵੀ ਉਹਨਾਂ ਨੂੰ ਸਿਕਿਉਰਿਟੀ ਨਹੀਂ ਛੁਡਾਉਣੀ ਚਾਹੀਦੀ ਸੀ ਜਦ ਪਤਾ ਸੀ ਇੱਕ ਬੰਦਾ ਉਹਨਾਂ ਦੀ ਹਿੱਟ ਲਿਸਟ ਦੇ ਉੱਤੇ ਹੈਗਾ ਇਹ ਬਹੁਤ ਵੱਡੀ ਉਹਨਾਂ ਦੀ ਭੁੱਲ ਹੈ ਪਰ ਇਹਦੇ ਲਈ ਸਾਨੂੰ ਇਕੱਠੇ ਹੋਣਾ ਪਊਗਾ ਕਿਸੇ ਇੱਕ ਪਾਰਟੀ ਦਾ ਮਸਲਾ ਨਹੀਂ ਹੈਗਾ ਇਹ ਮਸਲਾ ਹੁਣ ਪੰਜਾਬ ਦਾ ਹੋ ਗਿਆ ਜੇ ਪੰਜਾਬ 'ਚ ਕ੍ਰਾਈਮ ਹੋ ਰਿਹਾ ਜੇ ਤੁਸੀਂ ਇਹ ਸੋਚੋ ਵੀ ਇੱਕ ਸਿਕਿਉਰਿਟੀ ਵਾਲੇ ਬੰਦੇ ਦਾ ਮਰਡਰ ਇਸ ਤਰ੍ਹਾਂ ਹੁੰਦਾ ਤੇ ਇੱਕ ਆਮ ਵਰਗ ਆਮ ਬੰਦੇ ਦੀ ਇੱਥੇ ਕੀ ਲਾਈਫ ਮੈਂ ਤਾਂ ਕਹਿੰਦਾ ਸਾਰੇ ਰਲ ਕੇ ਪੰਜਾਬ ਸਿਕਿਉਰਿਟੀ ਫ੍ਰੀ ਕਰੋ ਕੋਈ ਸਿਕਿਉਰਿਟੀ ਕਿਸੇ ਕੋਲ ਨਹੀਂ ਹੋਣੀ ਚਾਹੀਦੀ ਪੰਜਾਬ ਹੀ ਇੰਨਾ ਸਾਫ਼ ਸੁਥਰਾ ਹੋ ਜਾਵੇ ਸਾਡਾ ਪ੍ਰਸ਼ਾਸਨ ਇੰਨਾ ਵਧੀਆ ਹੋਵੇ ਸਾਡੇ ਕੋਲ ਐਸੀਆਂ ਸਹੂਲਤਾਂ ਹੋਣ ਬਾਕੀ ਜਿਹੜੀ ਤੁਸੀਂ ਗੱਲ ਕਹੀ ਹੈ ਸਾਡੇ ਕਲਾਕਾਰ ਵਰਗ ਵੱਲੋਂ ਅਸੀਂ ਜਾਵਾਂਗੇ ਮਿਲਾਂਗੇ ਬੇਨਤੀ ਕਰਾਂਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੋ ਕੁਛ ਵਾਪਰਿਆ ਨਾ ਵਾਪਰੇ ਇਹ ਬੜਾ ਦੁੱਖਦਾਈ ਹੋਇਆ ਪਰਿਵਾਰ ਨਾਲ ਸਾਡੀ ਸੰਵੇਦਨਾ ਹੈ ਪਰਿਵਾਰ ਨਾਲ ਅਸੀਂ ਬੈਠੇ ਹਾਂ ਜੁੜ ਕੇ ਬੈਠਾਂਗੇ ਅਸੀਂ ਹੁਣ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਹਾਂ ਪਹਿਲਾਂ ਵੀ ਖੜੇ ਸੀਗੇ ਇਸੇ ਤਰ੍ਹਾਂ ਹੀ ਕਿਉਂਕਿ ਜਿਹੜਾ ਦੁੱਖ ਦਾ ਸਮਾਂ ਇਹ ਬੜਾ ਭਿਆਨਕ ਹੈ ਉਸ ਮਾਂ ਬਾਪ ਦੀ ਜਿਹੜਾ ਇਹ ਟਾਈਮ ਬਹੁਤ ਹੀ ਮਾੜਾ ਹੈ ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਰਿਹਾ ਮੈਨੂੰ ਪਤਾ ਹੈ ਇੱਕ ਮਾਂ ਜਿਹੜੀ ਹੁੰਦੀ ਹੈ ਉਹਦਾ ਪੁੱਤ ਮੋਢਾ ਦੇਵੇ ਮਾਂ ਦੀ ਅਰਥੀ ਨੂੰ ਉਹ ਸਮਾਜ ਜਲਦਾ ਪਰ ਮਾਂ ਆਪਣੇ ਪੁੱਤ ਨੂੰ ਅਰਥੀ ਨੂੰ ਦੇਖੂਗੀ ਤਾਂ ਉਹਦੇ ਉੱਤੇ ਕੀ ਬੀਤੂਗਾ ਉਹਦਾ ਆਉਣ ਵਾਲਾ ਕੱਲ੍ਹ ਕਿਸ ਤਰ੍ਹਾਂ ਦਾ ਹੋਊਗਾ ਇਹ ਗੱਲਾਂ ਸੋਚਣ ਤੇ ਵਿਚਾਰਨ ਵਾਲੀਆਂ ਕਿਸੇ ਇੱਕ ਮਾਂ ਦਾ ਨਹੀਂ ਮੈਨੂੰ ਲੱਗਦਾ ਸਾਰੇ ਪੰਜਾਬ ਦੀਆਂ ਮਾਵਾਂ ਅੱਜ ਹਰ ਅੱਖ ਨਮ ਹੈ ਹਰ ਅੱਖ 'ਚ ਅੱਥਰੂ ਹੈ ਹਰ ਬੰਦਾ ਦਿਲੋਂ ਇਸ ਗੱਲ ਦੇ ਉੱਤੇ ਦੁਖਦਾਈ ਹੈ ਜਿਹੜੇ ਲੋਕ ਉਹਦੇ ਵਿਰੋਧੀ ਵੀ ਸੀ ਉਹ ਵੀ ਉਹ ਉਸ ਦੇ ਉੱਤੇ ਦੁੱਖ ਵਿਅਕਤ ਕਰ ਰਿਹਾ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਚੰਗਾ ਹੋਇਆ ਕਿਸੇ ਨੇ ਇਹ ਬਿਲਕੁਲ ਹੀ ਨਹੀਂ ਬੋਲਿਆ ਜਿਹੜੇ ਪਹਿਲਾਂ ਸੋਸ਼ਲ ਮੀਡੀਆ 'ਤੇ ਉਹਦੇ ਬਾਰੇ ਮਾੜਾ ਬੋਲਦੇ ਸੀ ਉਹ ਵੀ ਅੱਜ ਅੱਖਾਂ ਭਰ ਕੇ ਪੋਸਟਾਂ ਪਾ ਰਹੇ ਨੇ ਸੋਸ਼ਲ ਨੈਟਵਰਕ 'ਤੇ ਮੈਂ ਤਾਂ ਇਹੀ ਕਹੂੰਗਾ ਬੜਾ ਦੁੱਖਦਾਈ ਹੈ ਮੇਰੇ ਸਾਰੇ ਭਰਾ ਬੈਠੇ ਸਾਰੇ ਪਾਰਟੀਆਂ ਨੇ ਇਹਨਾਂ ਨੂੰ ਬੇਨਤੀ ਕਰਾਂਗਾ ਇੱਕ ਚੰਗਾ ਪੰਜਾਬ ਸਿਰਜੀਏ ਸਾਰੇ ਰਲ ਕੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਘਟਨਾ ਨਾ ਹੋਵੇ ਭੁੱਲਰ ਸਾਹਿਬ ਔਲਖ ਸਾਹਿਬ ਨੇ ਸਿੱਧੇ ਤੌਰ 'ਤੇ ਕਹਿ ਦਿੱਤਾ ਹੈ ਕਿ ਸਿਆਸੀ ਪਾਰਟੀਆਂ ਦਾ ਜੋ ਕੰਮ ਹੁੰਦਾ ਉਹਨਾਂ ਦੇ ਕੰਮ ਦਾ ਹੈ ਸਿਰਫ ਤੇ ਸਿਰਫ ਸਿਆਸਤ ਕਰਨਾ
आखिरकार ये गैंगस्टर पैदा कदों होए। सवाल यह भी बहुत वड्डा खड़ा होंदा है कि आम आदमी पार्टी ठीक है 2 महीने पहला आई, ये उन्हां दी गलती है कि उन्हां दे कोलों किते ना किते पंजाब दे लॉ एंड ऑर्डर ते नूं लैके सवाल चुके जा रहे हैं, परंतु सवाल यह भी खड़ा होंदा है कि गैंगस्टर पैदा कौन करदा है, इन्हां गैंगस्टरां नूं पैदा करन वाला कौन है, कित्थों बणदे ने गैंगस्टर, कोई अफगानिस्तान तो नहीं आते, साडी मामा दे पुत ने यही कहिंदे ने पॉलिटिक्स ने वरतदी है ते पॉलिटिक्स ही उन्हां नूं यूज़ करदी है ते जदों फिर अपने हत्थ तो निकल जाते हैं उदों उन्हां नूं मरवा भी दिता जांदा है। भुल्लर साहब गल इस तरह हैगी है कि जिन्हें जिम्मेवारी ली है सिद्धू मूसेवाले नूं मारन दी कनेडा तो ते उहदी फोटो भी नशर हो रही है सोशल मीडिया दे उत्ते भगवंत मान दे नाल चीफ मिनिस्टर साहब दे नाल चलो गल मान लेने 2 महीने तो अगर आप देखिए सवाए और सवाए वेंडरता पॉलिटिक्स तो सवाए इन्होंने की किया चाहे वह अलका लांबा के उत्ते जाके रेड मारन की गल हो चाहे वह कुमार विश्वास की हो चाहे वह मिस्टर बग्गा के उत्ते हो चाहे होरना के उत्ते हो सवाए पुलिस का मिसयूज करने तो सवाए इन्होंने किया की है 2 महीने और इन्होंने वध-वध किया है तो यही किया है कि इश्तहार जिन्हें वध-वध दे सकते हैं साडी सरकार दे टाइम जिहड़ा बजट सीगा वह 35 करोड़ का सी इन्होंने 850 करोड़ का बजट बना लिया वाला और पर जिहड़े साडे मुख्यमंत्री ने जां ते ओह अज दी तरीक दे विच गुजरात च मिलदे है जां ओह साउथ च मिलदे ने जां हिमाचल मिलदे ने जां ओह दिल्ली मिलदे है पंजाब दे विच ओह मिलदे कदों ने अज तक उन्होंने 2 महीने दे विच एक पत्रकार सम्मेलन किया होवे पहलां ते बड़े पत्रकारां नूं मिलदे सीगे सब नूं मिलदे सीगे लेकिन अज ओह पत्रकारां नूं मिलण भी गए ने और जिहड़ियां भी कुछ हो रहा तुसीं अज इह देखो भी पंजाब दे अध्यापकां ने जिहड़ी मेहनत कीती पंजाब दे जिहड़े अफसर ने उन्होंने जिहड़ी मेहनत की पंजाब दे बच्चों ने जिहड़ी मेहनत की उत्ते एक नंबर उत्ते साडा जिहड़ा पंजाब है आया एजुकेशन दे विच लेकिन साढ़े मुख्यमंत्री साहब दे मुँह च दही जम जाता है जिहड़ा उन्होंने पूरी टीम है 91 बाकी MLA की उन्होंने मुँह च दही जम जाता है कोई बोलने को तैयार नहीं जिहड़े उन्होंने प्रवक्ता ने वो कोई आने तैयार नहीं क्योंकि दिल्ली पहले नंबर पर नहीं आया दिल्ली मॉडल फेल हो गया उन्होंने पंजाब मॉडल तैयार होया जो पंजाब मॉडल पुरानी सरकार सी जो उन्होंने दिता मॉडल वो पास है सुरेंद्र कमल जी बात थोड़ा पक्ष लवेंगे पर भुल्लर साहब सवाल यह खड़ा होंगे कि गैंगस्टर पैदा कितों हुए ने यह सब तो वड्डा सवाल है कि गैंगस्टर आए कितों ने पंजाब के हालात मंदे हैं अज माड़े हैं परंतु गैंगस्टर का पैदा होना कितने ना कितने थोड़ी सरकार का भी फेलियर मन जो मैं तुम आ जाना क्योंकि पंजाब उन्होंने हालातों चो बाहर निकल के आया जदों इत्थे काला दौर सीगा जी काला दौर चाहे आपां दब लिया लेकिन जिहड़ी नौजवानी जिहड़ी है जिहड़े उस राह चले हुए सीगे और ये भी अज दी डेट च वी कितना ना कितें उह स्लीपर सैल दा काम करदे है अज वी उह कितना ना कितें हैगे है चाहे उन्हां आपां गैंगस्टर दा नां दे दईए चाहे आपां कोई होर नां दे दईए उन्हां नूं नहीं तो उन्हां दे कोल जिहड़े ऑटोमैटिक हथियार ने जिहड़े इस केस विच यूज कीते गए ने उह कित्थों आ रहे ने वो पाकिस्तान जा किसे होर पासे आ ही है ना जी कितना ना कितें उन्हां दे तालुक उत्थे बने हुए ने और जिहड़ा गैंगस्टर की गल कर रहे हो तुसीं गैंगस्टर अज दे पैदा नहीं होए हैगे ये पैदा पहलां दे होए हैगे ने अज कोई नवे शुरू नहीं होए लेकिन इन्होंने तो वादा किया सी वी असीं जिहड़ा हैगा इन्हां नूं रोकांगे लेकिन उन्हां नूं रोकण की बजाए उन्हां नूं दबण की बजाए तुसीं तो लोगों दी सिक्योरिटीज जिन्हां नूं रॉ ने जिन्हां नूं इंटैलीजेंस एजेंसियां ने यह क्या है इन्हां दी सेंसिटिव है इन्हां दा सिक्योरिटी चाहिए है उन्हें सिक्योरिटी की विड्रॉ कर रहे हो तुसीं सारी सिक्योरिटी जिहड़ी दिल्ली वालिआं नूं दे रहे हो ਤੁਸੀਂ ਹਰ ਗੱਲ ਜਿਹੜਾ ਦਿੱਲੀ ਤੋਂ ਪੁੱਛ ਕੇ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਫਿਰ ਮੁੱਖ ਮੰਤਰੀ ਦਾ ਇੱਥੇ ਫਾਇਦਾ ਕੀ ਹੈ ਫਿਰ ਤੇ ਕੇਜਰੀਵਾਲ ਸਾਹਿਬ ਆਪ ਹੀ ਆ ਕੇ ਬਹਿ ਜਾਣ ਹੁਣ ਇਸ ਟਾਈਮ ਜਿਹੜਾ ਵਾਇਆ ਮੀਡੀਆ ਬਣਿਆ ਹੋਇਆ CM ਭਗਵੰਤ ਮਾਨ ਸੁਪਰ CM ਜਿਹੜਾ ਰਾਘਵ ਚੱਡਾ ਸੁਪਰ ਡੁਪਰ CM ਜਿਹੜਾ ਕੇਜਰੀਵਾਲ ਹੁਣ ਕੇਜਰੀਵਾਲ ਤੋਂ ਜਦੋਂ ਤੱਕ ਫਾਈਲ ਸਾਈਨ ਨਹੀਂ ਹੋਊਗੀ ਕੇਜਰੀਵਾਲ ਤੋਂ ਪਾਸ ਨਹੀਂ ਹੋਊਗੀ ਉਹਨਾਂ ਨੂੰ ਪੰਜਾਬ ਦੇ ਨਾਲ ਹਾਲਾਤਾਂ ਦਾ ਪਤਾ ਨਾ ਪੰਜਾਬ ਦੀ ਕੋਈ ਗੱਲ ਦਾ ਪਤਾ ਔਰ ਜਿਹੜੀ ਮੈਂ ਪਹਿਲਾਂ ਵੀ ਗੱਲ ਕਹੀ ਹੈ ਗੁਰਵੰਤ ਪੰਨੂ ਜੇ ਇਸ ਤਰੀਕੇ ਨਾਲ ਬਾਰ ਬਾਰ ਦਾਅਵੇ ਕਰ ਰਿਹਾ ਚਿੱਠੀ ਪੇਸ਼ ਕਰ ਰਿਹਾ ਕਿ ਮੈਂ ਇਹਨਾਂ ਦੀ ਮਦਦ ਕੀਤੀ ਹੈ पैसे वालों भी मदद की है एक बार भी इन्होंने कन्नाम नहीं किया एक जो करवाना चाहते हैं जे अज रॉकेट लॉन्चर का अटैक होंगे इंटैलीजेंस के दफ्तर के उत्ते तो वो जिम्मेवार कौन है कि इंटैलीजेंस एजेंसियां जिहड़ियां साडियां वो जिम्मेवार नहीं जां पंजाब के DGP डायरेक्टर तौर पर जिम्मेवार नहीं की कर रहे हैं वो जे अज सिक्योरिटी विड्रॉ की गई सी तो अखबार च दिती जा रही थी जां इश्तिहारबाजी की जा रही थी उन्होंने रोकना उन्होंने फर्ज नहीं बनता सीगा DGP का फर्ज बनता है रोकना कि नहीं अं सिक्योरिटी विड्रॉ की है सेंसिटिव मामला इन्हें नहीं देना चाहिए और रोकना चाहिए सीगा लेकिन नहीं रोकया गया सिद्धू मूसेवाला को 8 गनमैन सके 4 पहला विड्रॉ कर ले 2 बाद विड्रॉ कर ले 6 विड्रॉ कर ले उन्होंने
ਹੌਲੀ ਹੌਲੀ ਆੜੇ ਦੋ ਵੀ ਸੀਗੇ ਦੋ ਬੰਦੇ ਕਿੰਨੀ ਦੇਰ ਰਾਊਂਡ ਦਾ ਕਲੋਕ ਕੰਮ ਕਰਨਗੇ ਅੱਠ ਅੱਠ ਘੰਟੇ ਦੀ ਅਗਰ ਡਿਊਟੀ ਲਾਓ ਤੁਸੀਂ ਤੇ ਦੋ ਬੰਦੇ ਕਿੰਨੀ ਦੇਰ ਕੰਮ ਕਰਨਗੇ 24 ਘੰਟੇ ਦੇ ਕੰਮ ਨਹੀਂ ਕਰ ਸਕਦੇ ਔਰ ਦੋ ਬੰਦਿਆਂ ਦੇ ਨਾਲ ਕਿੰਨੀ ਸਿਕਿਉਰਿਟੀ ਹੋ ਸਕਦੀ ਹੈ ਨਹੀਂ ਉਹ ਬਣ ਸਕਦੀ ਸਿਕਿਉਰਿਟੀ ਉੱਤੇ ਔਰ ਇਸੇ ਕਰਕੇ ਅੱਜ ਅਸੀਂ ਇੱਕ ਐਸਾ ਹੀਰਾ ਪੰਜਾਬ ਦਾ ਗਵਾ ਲਿਆ ਔਰ ਮੈਂ ਹੋਰ ਕਹਿ ਦੇਣਾ ਚਾਹੁੰਦਾ ਇਕੱਲਾ ਇਹੀ ਨਹੀਂ ਪਹਿਲਾਂ ਕਬੱਡੀ ਖਿਡਾਰੀ ਅਸੀਂ ਗਵਾਇਆ ਔਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ ਰੋਜ਼ ਕਿਤੇ ਨਾ ਕਿਤੇ ਕਤਲ ਹੁੰਦੇ ਨੇ ਔਰ ਇੱਥੇ ਕੰਮ ਨਹੀਂ ਖਤਮ ਹੋ ਰਿਹਾ ਜੇ ਡਰੱਗਸ ਦਾ ਕਰਕੇ ਘੱਟੋ ਘੱਟ 80 ਨੌਜਵਾਨ ਜਿਹੜੇ ਨੇ ਆ 2 ਮਹੀਨਿਆਂ ਵਿੱਚ ਮਰ ਚੁੱਕੇ ਹੈ ਕਿਸਾਨਾਂ ਦੀ ਜਿਹੜੀ ਸੁਸਾਇਟੀ ਆ ਉਸੇ ਤਰੀਕੇ ਨਾਲ ਚੱਲ ਰਹੀ ਹੈ ਅੱਜ ਡਾਂਗਾਂ ਪੈ ਰਹੀਆਂ ਨੇ ਕਿਸਾਨਾਂ ਨੂੰ ਵੀ ਅਧਿਆਪਕਾਂ ਨੂੰ ਵੀ ਮੁਲਾਜ਼ਮਾਂ ਨੂੰ ਵੀ ਲੇਕਿਨ ਇਸ਼ਤਿਹਾਰਾਂ ਵਿੱਚ ਦਿਖਾਇਆ ਜਾ ਰਿਹਾ ਵੀ ਪੰਜਾਬ ਜਿਹੜਾ ਹੈਗਾ ਦਿੱਲੀ ਮਾਡਲ ਤੇ ਖੁਸ਼ਹਾਲ ਹੋ ਗਿਆ ਕਰਪਸ਼ਨ ਬੰਦ ਹੋ ਗਈ ਜ਼ਮੀਨਾਂ ਦੀ ਜਿਹੜੀ ਗੱਲ ਕਰ ਰਹੇ ਆ ਗਰੀਬਾਂ ਦੇ ਕੋਲੋਂ ਜ਼ਮੀਨਾਂ ਛੁਡਾਈਆਂ ਜਾ ਰਹੀਆਂ ਤੁਸੀਂ ਜ਼ਮੀਨਾਂ ਛੁਡਾਉਣੀਆਂ ਆਪਣੇ ਐਮਐਲਏ ਤੋਂ ਛੁਡਾਓ ਨਾ ਆਹ ਮੋਹਾਲੀ ਇੱਕ ਐਮਐਲਏ ਹੈ ਉਹਦੀ ਜ਼ਮੀਨ 130 ਕਿੱਲੋ ਨੇ ਦੱਬ ਕੇ ਬੈਠਾ ਹੈ ਛੁਡਾ ਲਓ ਉਹਦੇ ਕੋਲੋਂ ਆਮ ਆਦਮੀ ਪਾਰਟੀ ਕਿਉਂ ਨਹੀਂ ਛੁਡਾਉਂਦੀ ਉਹਦੇ ਕੋਲੋਂ ਪਰ ਮਾਨਵਾਨ ਕਿਉਂ ਨਹੀਂ ਛੁਡਾਉਂਦੇ ਧਾਰੀਵਾਲ ਜਾ ਕੇ ਉਹਨਾਂ ਕੋਲ ਕਿਉਂ ਨਹੀਂ ਜ਼ਮੀਨ ਛੁਡਾਉਂਦੇ ਪੰਚਾਇਤਾਂ ਦੀ ਜ਼ਮੀਨ ਜਿਹੜੀ ਤੁਹਾਡੇ ਬੰਦੇ ਨੇ ਕਬਜ਼ਾ ਕੀਤੀ ਹੋਈ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਛੁਡਾਓ ਪੁੱਲਰ ਸਾਹਿਬ ਪਰ ਅਸਲ ਮਕਸਦ ਕੀ ਹੈ ਕਿਵੇਂ ਹੋਊਗਾ ਹੱਲ ਕਿਵੇਂ ਨਿਕਲੂਗਾ ਇਹਨਾਂ ਗੈਂਗਸਟਰਾਂ ਨੂੰ ਨੱਥ ਕਿਵੇਂ ਪਾਈ ਜਾ ਸਕਦੀ ਹੈ ਕਿ ਇਹਨਾਂ ਦਾ ਕੰਮ ਇਹਨਾਂ ਨੂੰ ਹੱਥ ਨੱਥ ਪਾਉਣਾ ਸਿਰਫ ਇਹਨਾਂ ਦਾ ਐਨਕਾਊਂਟਰ ਕਰਨਾ ਹੀ ਹੈ ਜਾਂ ਕੋਈ ਹੋਰ ਰਸਤਾ ਵੀ ਹੈਗਾ ਇਹਨਾਂ ਨੂੰ ਨੱਥ ਪਾਉਣ ਦਾ ਦੇਖੋ ਉਹਨਾਂ ਨੂੰ ਮੁੱਖ ਧਾਰਾ 'ਚ ਲੈ ਕੇ ਆਉਣਾ ਪਏਗਾ ਤੁਸੀਂ ਲੱਖਾਂ ਸਡਾਣਾ ਦੀ ਬਹੁਤ ਵੱਡੀ ਇੱਕ ਐਗਜ਼ਾਮਪਲ ਹੈ ਕਿ ਉਹ ਵੀ ਕਿਸ ਟਾਈਮ ਗੈਂਗਸਟਰ ਰਹੇ ਨੇ ਲੇਕਿਨ ਅੱਜ ਉਹ ਮੁੱਖ ਧਾਰਾ 'ਚ ਆ ਕੇ ਚੰਗੇ ਕੰਮ ਵੀ ਕਰ ਰਹੇ ਹੈ ਔਰ ਇਸੇ ਤਰੀਕੇ ਨਾਲ ਜਦੋਂ ਨੌਜਵਾਨਾਂ ਨੇ ਖਾੜਕੂਵਾਦ ਦਾ ਟਾਈਮ ਦੇ ਵਿੱਚ ਹਥਿਆਰ ਚੱਕੇ ਸੀਗੇ ਉਹਨਾਂ 'ਚ ਵੀ ਬਹੁਤ ਲੋਕ ਮੁੱਖ ਧਾਰਾ 'ਚ ਆਏ ਸੀਗੇ ਅੱਜ ਉਹਨਾਂ ਨੂੰ ਮੁੱਖ ਧਾਰਾ 'ਚ ਲੈ ਕੇ ਆਉਣ ਦੀ ਲੋੜ ਹੈਗੀ ਹੈ ਅੱਜ ਤੁਸੀਂ ਨੌਕਰੀਆਂ ਪੈਦਾ ਕਰੋ ਉਹਨਾਂ ਲਈ ਕਾਰੋਬਾਰ ਪੈਦਾ ਕਰੋ ਤੁਸੀਂ ਵੀ ਉਹ ਕਾਰੋਬਾਰ ਕਰ ਸਕਣ ਔਰ ਉਹਨਾਂ ਨੂੰ ਤੁਸੀਂ ਅਪੀਲ ਕਰੋ ਵੀ ਉਹ ਮੁੱਖ ਧਾਰਾ 'ਚ ਆਉਣ ਆਪਣੇ ਕਾਰੋਬਾਰਾਂ 'ਚ ਲੱਗਣ ਨਾ ਕਿ ਆ ਕਤਲੇਆਮਾਂ ਦੇ ਵਿੱਚ ਤੁਰੇ ਫਿਰਨ ਔਰ ਅਗਰ ਕਿਸੇ ਨੂੰ ਵੀ ਸੈਂਸਿਟਿਵ ਹੈਗਾ ਕੋਈ ਕਿਸੇ ਦਾ ਕੋਈ ਇਸ਼ੂ ਹੈ ਕਿਸੇ ਨੂੰ ਸਿਕਿਉਰਿਟੀ ਇਸ਼ੂਜ਼ ਹੈਗੇ ਆ ਤੇ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ ਨਾ ਕਿ ਇਹਨੂੰ ਕਮੇਟੀ ਸ਼ੋਅ ਬਣਾ ਕੇ ਰੱਖ ਦੇਣਾ ਚਾਹੀਦਾ ਭਗਵੰਤ ਮਾਨ ਸਾਹਿਬ ਹੁਣ ਸੀਐਮ ਨੇ ਕਮੇਟੀ ਸ਼ੋਅ ਨਹੀਂ ਕਰਨਾ ਆਏ ਹੋਏ ਇੱਥੇ ਉਹ ਐਜ਼ ਅ ਸੀਐਮ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਵਿਕਰਮ ਜੀ ਤੁਹਾਡਾ ਪੱਖ ਜਾਨਣਾ ਚਾਹਾਂਗਾ ਪੁੱਲਰ ਸਾਹਿਬ ਵੱਲੋਂ ਤਾਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਮੁੱਖ ਧਾਰਾ ਇੱਕ ਵੱਡਾ ਵਿਕਲਪ ਹੈ ਇਹਨਾਂ ਗੈਂਗਸਟਰਾਂ ਤੋਂ ਜੇ ਪੰਜਾਬ ਨੂੰ ਮੁਕਤ ਕਰਾਉਣਾ ਹੈ ਪਰੰਤੂ ਹੁਣ ਕਾਂਗਰਸ ਲਈ ਇਹ ਸਵਾਲ ਖੜਾ ਹੁੰਦਾ ਹੈ ਕਿ ਕਾਂਗਰਸ ਦਾ ਤਾਂ ਖਾਸ ਕਰਕੇ ਇੱਕ ਹੀਰਾ ਗਿਆ ਹੈ ਕਾਂਗਰਸ ਦਾ ਇੱਕ ਉਹ ਦਿੱਗਜ ਗਿਆ ਹੈ ਜਿਸ ਦੇ ਪਿੱਛੇ ਕਾਫੀ ਜ਼ਿਆਦਾ ਨੌਜਵਾਨੀ ਸੀ ਹਾਲਾਂਕਿ 2022 ਦੀ ਚੋਣਾਂ ਦੇ ਵਿੱਚ ਵੱਡਾ ਰੁਤਬਾ ਦੇਖਿਆ ਗਿਆ ਜੇਕਰ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਤਾਂ ਇਲੈਕਸ਼ਨ ਲੜੀ ਹੈ ਪਹਿਲੀ ਵਾਰ ਇਲੈਕਸ਼ਨ ਲੜੀ ਹੈ ਤਾਂ ਬਹੁਤ ਜ਼ਿਆਦਾ ਪਾਪੂਲਰਿਟੀ ਰਹੀ ਹੈ ਵੋਟਾਂ ਤਾਂ ਠੀਕ ਹੈ ਬਹੁਤ ਜ਼ਿਆਦਾ ਪਈਆਂ ਜਿੱਤ ਨਹੀਂ ਸਕੇ ਉਹ ਵੱਖ ਹੈ ਪਰੰਤੂ ਉਹਨਾਂ ਵੱਲੋਂ ਇਹ ਗੱਲ ਲਗਾਈ ਗਈ ਸੀ ਕਿ ਉਦੋਂ ਵੀ ਕਿ ਠੀਕ ਹੈ ਜੇ ਮੈਂ ਹਾਰ ਗਿਆ ਕੋਈ ਫਰਕ ਨਹੀਂ ਪੈਂਦਾ ਪਰੰਤੂ ਮੈਂ ਲੋਕਾਂ ਦੇ ਨਾਲ ਉਦਾਂ ਹੀ ਖੜਾਂਗਾ ਜਿੱਦਾਂ ਪਹਿਲਾਂ ਖੜਿਆ ਸੀ ਅਤੇ ਹੁਣ ਕਾਂਗਰਸ ਕੀ ਕਰਨ ਜਾ ਰਹੀ ਹੈ ਕਾਂਗਰਸ ਦਾ ਅਗਲਾ ਮੇਨ ਮੁੱਦਾ ਕੀ ਰਹੇਗਾ ਹਾਲਾਂਕਿ ਖਾਸ ਕਰਕੇ ਗੈਂਗਸਟਰਾਂ ਨੂੰ ਲੈ ਕੇ ਵੀ ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਲੈ ਕੇ ਵੀ ਦੇਖੋ ਕਾਂਗਰਸ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਾਂਗਰਸ ਨੇ ਟੈਰਰਿਜ਼ਮ ਦੇਖਿਆ ਟੈਰਰਿਜ਼ਮ ਖਤਮ ਕੀਤਾ ਤੁਸੀਂ ਗੱਲ ਕਰ ਰਹੇ ਸੀ ਕਿ ਗੈਂਗਸਟਰਾਂ ਨੂੰ ਨੱਥ ਕਿਵੇਂ ਪਾਈ ਜਾਵੇ ਵੇਖੋ 84 ਦੇ ਵੇਲੇ ਜਿਸ ਸੰਤਾਪ ਚੋਂ ਪੰਜਾਬ ਲੰਘ ਰਿਹਾ ਸੀ ਉਸ ਵੇਲੇ ਕਾਂਗਰਸ ਨੇ ਬਹੁਤ ਐਸੇ ਅਲੱਗਵਾਦੀਆਂ ਨੂੰ ਨੱਥ ਪਾਈ ਕਈਆਂ ਨੂੰ ਪਿਆਰ ਨਾਲ ਕਈਆਂ ਨੂੰ ਦੁਰਕਾਰ ਨਾਲ ਕਈਆਂ ਤੋਂ ਉਹਨਾਂ ਨੇ ਹਥਿਆਰ ਸਟਵਾ ਕੇ ਉਹਨਾਂ ਦੀ ਨਵੀਂ ਜ਼ਿੰਦਗੀ ਉਹਨਾਂ ਨੂੰ ਦਿੱਤੀ ਦੇਖੋ ਮੈਂ ਚਾਹੁੰਦਾ ਕਿ ਆਮ ਆਦਮੀ ਪਾਰਟੀ ਵੀ ਮੈਂ ਆਪਣੀ ਇਹ ਨਹੀਂ ਕਹਿ ਰਿਹਾ ਕਿ ਮੇਰੀ ਪਾਰਟੀ ਦੀ ਮੈਂ ਸਲਾਹਤਾ ਕਰਦਾ ਪਰ ਜਿਹੜੀਆਂ ਚੰਗੀਆਂ ਗੱਲਾਂ ਕਿਸੇ ਪਾਰਟੀ 'ਚ ਹੁੰਦੀਆਂ ਦੱਸਣੀਆਂ ਚਾਹੀਦੀਆਂ ਆਮ ਆਦਮੀ ਪਾਰਟੀ ਨੂੰ ਵੀ ਕਾਂਗਰਸ ਦੇ ਉਹਨਾਂ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਕਿ ਕਿਵੇਂ ਉਸ ਕਾਲੇ ਦੌਰ ਦੇ ਵਿੱਚੋਂ ਪੰਜਾਬ ਨੂੰ ਕੱਢਿਆ ਸੀ ਕਾਂਗਰਸ ਨੇ ਦੂਜੀ ਗੱਲ ਰਹੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਦੇਖੋ ਹੁਣ ਜਿੰਨੀਆਂ ਮਰਜ਼ੀ ਕਾਗਜ਼ਾਂ ਤੇ ਸਿਆਹੀਆਂ ਚਲਾ ਦਈਏ ਜਿੰਨੇ ਮਰਜ਼ੀ ਕਾਗਜ਼ ਕਾਲੇ ਕਰ ਲਈਏ ਜਿਨ੍ਹਾਂ ਮਾਪਿਆਂ ਦਾ ਪੁੱਤ ਚਲਿਆ ਗਿਆ ਉਹ ਕਦੇ ਮੁੜ ਕੇ ਨਹੀਂ ਆਉਣਾ ਜਿਹੜੀ ਉਹਦੀ ਹਵੇਲੀ ਅੱਜ ਸੁੰਨੀ ਹੋ ਗਈ ਉਹ ਸਦਾ ਰਹਿੰਦੀ ਦੁਨੀਆਂ ਤੱਕ ਸੁੰਨੀ ਰਹਿਣੀ ਹੈ ਠੀਕ ਹੈ ਬਸ ਹੁਣ ਤਾਂ ਮੇਰਾ ਇਸ ਮਾਨ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕੋਈ ਨੌਜਵਾਨੀ ਰਹਿ ਗਈ ਆ ਅੱਜ ਹਰ ਨੌਜਵਾਨ ਦੇ ਮੂੰਹ ਤੇ ਇਹੀ ਹੈ ਕਿ ਇੱਕ ਤੁਸੀਂ ਸੋਸ਼ਲ ਮੀਡੀਆ ਤੇ ਵੀ ਗੱਲ ਸੁਣੀ ਹੋਣੀ ਹੈ ਕਿ ਕਹਿੰਦੇ ਜਿਹੜਾ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੁੰਦਾ ਉਹਨੂੰ ਮਖੌਲ ਨਾਲ ਮਾਰ ਦਿੰਦੇ ਆ ਤੇ ਜਿਹੜਾ ਕਾਮਯਾਬ ਹੋ ਜਾਂਦਾ ਉਹਨੂੰ ਪਸਤੌਲ ਨਾਲ ਮਾਰ ਦਿੰਦੇ ਆ ਇਹ ਗੱਲ ਹਾਸੇ ਵਾਲੀ ਨਹੀਂ ਇਹ ਗੱਲ ਬਹੁਤ ਹੀ ਗੰਭੀਰ ਆ ਜੀ ਦੇਖੋ ਅੱਜ ਉਹ ਮਾਪੇ ਆਪਣੇ ਬੱਚਿਆਂ ਨੂੰ ਬੁੱਕਲਾਂ 'ਚ ਲੈਣ ਲਈ ਮਜਬੂਰ ਹੋ ਚੁੱਕੇ ਨੇ ਮੇਰੀ ਭੈਣ ਸੁਰਿੰਦਰ ਕਮਲ ਨੇ ਜਿੱਦਾਂ ਕਿਹਾ ਕਿ ਉਹਨੇ ਉਸ ਕਬੱਡੀ ਖਿਡਾਰੀ ਨੂੰ ਕਿਹਾ ਤੂੰ ਬਾਹਰ ਕਿਉਂ ਨਹੀਂ ਜਾਂਦਾ ਤੂੰ ਗਰਾਊਂਡ ਜਾ ਅੱਜ ਵਾਲੇ ਹਾਲਾਤ ਦੇਖ ਕੇ ਚਰਨਜੀਤ ਜੀ ਕਿਸੇ ਖਿਡਾਰੀ ਦਾ ਕਿਸੇ ਸਪੋਰਟਸਮੈਨ ਦਾ ਬਾਹਰ ਜਾਣ ਨੂੰ ਦਿਲ ਕਰੂਗਾ ਕਿ ਉਹ ਗਰਾਊਂਡ ਦੇ ਵਿੱਚ ਜਾ ਕੇ ਪ੍ਰੈਕਟਿਸ ਕਰੇ ਕਿਸੇ ਨੌਜਵਾਨ ਦਾ ਪੰਜਾਬ ਦੇ ਵਿੱਚ ਕਾਮਯਾਬ ਹੋਣ ਜਾਂ ਪਾਪੂਲਰ ਹੋਣ ਨੂੰ ਮਨ ਕਰੂਗਾ
क्योंकि उन्हां सामने ये सरकारां एक ऐसा पिक्चर पेश कर रही हैं कि पंजाब दे विच पॉपुलर होना एक बहुत वड्डा गुनाह। सो मैं बड़ा देखो लफ्ज नहीं मिल रहे कल वाली इस घटना तो बाद, क्योंकि घटनावां अगे भी बहुत हुई हैं। साडा दीप सिद्धू वीर खोया गया, संदीप नंगल अंबिया साडे तो खोया गया, सरकार दे 70-80 दिनां दे कार्यकाल च। देखो कोई बहुता समा सरकार नूं होण चाहे नूं नहीं होया, पर इस सरकार दा एक बहुत वड्डे फेलियर ने कि पंजाब दे हीरे पुत खोए जा रहे हैं। बस हुण तां इस सरकार नूं एक असीं एक बेनती कर सकते हैं कि आपदियां इंटैलीजेंसियां नूं, आपदी CID नूं, आपदियां एजेंसियां नूं तकड़े करन, तां जो अगे तो हुण तां जो हो गया सो हो गया, अगे तो पंजाब दे विच इस तरह की किसी तरह की भी अणसुखावी घटना होने तो बच सके। अजे भी हीरे पुत बहुत पए ने पंजाब दे विच जिन्हां ने पंजाब दा नां रोशन किया ऑल ओवर वर्ल्ड दे विच। बस हुण जिहड़ा कुछ रह गया उन्हूं बचा लिया जावे, ना कि जिवें कि पिछले 70-80 दिनां दे विच हर दिन जदों आपां अखबार चकदे हां, हर दिन जदों सोशल मीडिया खोलदे हां तां कोई ना कोई वड्डी घटना, कोई ना कोई वड्डा कारनामा देखण नूं मिलदा। बस हुण तां इन्हां सरकारां नूं इही बेनती है, भगवंत मान जी नूं इही बेनती है। वैसे तां उन्हां नूं नैतिकता दे आधार ते अस्तीफा दे देना चाहीदा, पर उन्हां ने इस गल नूं भी किसे होर तरीके दे नाल मोल्ड करके पेश कर देना। उन्हां दे घर तक नहीं कोई पहुंचिया, उन्हां दे घर तक नहीं कोई पहुंचिया, किड्डी वड्डी शर्म वाली गल है। उन्हां दे घरे देखो, हां जी नहीं पहुंचे, बहुत वड्डा ये फेलियर है, बहुत वड्डी माड़ी गल है। एक अपने किसी पड़ोसी नाल अपना भवां डांगो डांगी भी होई होई है ना, आपां फिर भी गुआंढी दे घरे चले जांदे आ वी उहदे कड्डे एक एडी कहर दी मौत हो गई, ते इस पार्टी नूं इन्नी शर्म ना आई कि उन्हां दे घरे उहदे मां प्यो दा दुख वंडाउण पहुंच जांदे। ना कोई आम आदमी पार्टी दा कोई भी नेता, कोई भी वड्डा लीडर उन्हां दे घरे पहुंचिया। बड़े शर्म दी गल है, बड़े दुख दी गल है, कोई भी इन्हां दे विच्चों उत्थे जा के इन्हां ने जाना मुनासिब नहीं समझिया। पता नहीं उन्हां दी की सोच है, की सोच नूं लैके उह चलदे ने। एक नैतिकता दे आधार ते उन्हां नूं उत्थे जाना बनदा सी। सिद्धू मूसे वाले दी मां बाप जिन्हां दा कल दा रो रो के बुरा हाल है, उन्हां नूं जाके कोई दिलासा दिंदे कि हांजी असीं उन्हां लटेरियां नूं, उन्हां उन्हां कातलां नूं असीं फड़ांगे, तुहाडे पुत नूं असीं, चलो ਉਹ ਵਾਪਸ ਤਾਂ ਕਦੇ ਨਹੀਂ ਆਉਣਾ ਉਹਨਾਂ ਦਾ ਹੀਰਾ ਪੁੱਤ, ਪਰ ਚਲੋ ਇੱਕ ਮਾਂ ਬਾਪ ਨੂੰ ਹੌਸਲਾ ਦੇਣਾ ਵੀ ਬੜੀ ਵੱਡੀ ਗੱਲ ਹੁੰਦੀ ਹੈ, ਜੋ ਕਿ ਇਸ ਸਰਕਾਰ ਦੇ ਨੁਮਾਇੰਦਿਆਂ ਨੇ ਜ਼ਰੂਰੀ ਨਹੀਂ ਸਮਝਿਆ। ਬੜੀ ਸ਼ਰਮਨਾਕ ਗੱਲ ਹੈ। ਸੁਰਿੰਦਰ ਕੰਵਲ ਜੀ, ਤੁਹਾਡਾ ਲਾਸਟ ਪੱਖ ਜਾਣਨਾ ਚਾਹਾਂਗਾ ਕਿ ਮਾਨ ਸਰਕਾਰ ਤਾਂ ਕਿਤੇ ਨਾ ਕਿਤੇ ਸਵਾਲਾਂ ਦੇ ਵਿੱਚ ਖੜੀ ਹੋ ਚੁੱਕੀ ਆ। ਜਿਸ ਤਰ੍ਹਾਂ ਦੀ 2 ਮਹੀਨੇ ਤੋਂ ਵੱਧ ਦੇ ਸਮੇਂ ਦੇ ਵਿੱਚ ਕਤਲ ਹੁੰਦੇ ਨੇ, ਪਹਿਲਾਂ ਸੰਦੀਪ ਨੰਗਲ ਅੰਬੀਆ ਦਾ ਕਤਲ ਹੁੰਦਾ, ਉਹ ਵੀ ਇੱਕ ਇੰਟਰਨੈਸ਼ਨਲ ਖਿਡਾਰੀ ਸੀ ਜਿਸ ਨੂੰ ਪੂਰੀ ਦੁਨੀਆ ਜਾਣਦੀ ਸੀ, ਜਿਸਨੇ ਪੂਰੇ ਵਿਸ਼ਵ ਦੇ ਵਿੱਚ ਪੰਜਾਬੀਆਂ ਦਾ ਨਹੀਂ ਕਬੱਡੀ ਦਾ ਵੀ ਨਾਂ ਰੋਸ਼ਨ ਕੀਤਾ ਸੀ ਕਿ ਕਬੱਡੀ ਆਖਰ ਹੁੰਦੀ ਕੀ ਆ। ਅਤੇ ਦੂਜਾ ਨਾਂ ਸਿੱਧੂ ਮੂਸੇਵਾਲਾ ਦਾ ਵੀ ਉਹਨਾਂ ਸੁਰਖੀਆਂ ਦੇ ਵਿੱਚ ਆ ਚੁੱਕਾ, ਜਿਹਨਾਂ ਸੁਰਖੀਆਂ ਦੇ ਵਿੱਚ ਸਿਰਫ ਅਤੇ ਸਿਰਫ ਉਹਨਾਂ ਦਾ ਨਾਂ ਲਿਖਿਆ ਜਾਂਦਾ ਜਿਨ੍ਹਾਂ ਨੇ ਚੰਦ ਦੇ ਨਾਲ ਨਾਲ ਸੂਰਜ ਤੱਕ ਨੂੰ ਛੂਹਿਆ ਹੁੰਦਾ। ਅਤੇ ਹੁਣ ਜੇਕਰ ਪੰਜਾਬ ਦੇ ਹਾਲਾਤਾਂ 'ਤੇ ਸਵਾਲ ਉੱਠਦੇ ਨੇ ਤਾਂ BJP ਕੇਂਦਰ ਵੱਲੋਂ ਕਿਸ ਤਰ੍ਹਾਂ ਦਾ ਅਖਤਿਆਰ ਰੁਖ ਕਰੇਗੀ? ਜੀ ਕਮਲ, ਦੇਖੋ ਜਦੋਂ ਦੀਪ ਸਿੱਧੂ ਦੀ ਕਤਲ ਹੁੰਦਾ ਹੈ ਤੇ ਦੀਪ ਸਿੱਧੂ ਜਦੋਂ ਇੱਕ ਹੱਥ ਦੇ ਵਿੱਚ ਤਲਵਾਰ ਫੜ ਕੇ ਤੇ ਇੱਕ ਹੱਥ ਦੇ ਵਿੱਚ ਝਾੜੂ ਫੜ ਕੇ ਕਹਿੰਦਾ ਕਿ ਪੰਜਾਬੀਓ ਹੁਣ ਤੁਸੀਂ ਝਾੜੂ ਦੇ ਵੱਲ ਹੋਵੋਗੇ, ਤਲਵਾਰ ਵੱਲ ਹੋਵੋਗੇ, ਹੈ ਨਾ, ਤਾਂ ਪੰਜਾਬੀ ਕੌਮ ਜਿਹੜੀ ਆ ਉਹ ਆਪਣੀ ਵਿਰਾਸਤ ਦੀ ਇੱਕ ਉਸ ਨਾਲ ਬੱਝੀ ਹੋਈ ਆ ਜਿਹਦੇ ਨਾਲ ਪੰਜਾਬ ਨੇ ਅੱਜ ਪੰਜਾਬੀਆਂ ਨੇ ਅੱਜ ਵਿਸ਼ਵ ਦੇ ਵਿੱਚ ਝੰਡਾ ਬਰਦਾਰੀ ਕੀਤੀ ਆ। ਤਾਂ ਐਨ ਉਦੋਂ ਉਸ ਸਿਸਟਮ ਦੇ ਬਾਅਦ ਦੀਪ ਸਿੱਧੂ ਦਾ ਕਤਲ ਹੋ ਜਾਂਦਾ ਵਾ। ਜਦੋਂ ਸਿੱਧੂ ਮੂਸੇਵਾਲ ਦਾ ਇੱਕ ਦਿਨ ਪਹਿਲਾਂ ਮਾਨ ਸਾਹਿਬ ਦੇ ਹੱਕ ਦੇ ਵਿੱਚ MP ਚੋਣਾਂ ਦਾ ਪ੍ਰਚਾਰ ਦੇ ਲਈ ਜਾਣਾ ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲ ਦਾ ਕਤਲ ਹੋ ਜਾਣਾ, ਬਹੁਤ ਸਾਰੇ ਇਹੋ ਜਿਹੇ ਸਵਾਲ ਖੜੇ ਕਰਦਾ ਵਾ ਕਿ ਆਖਿਰ ਨੂੰ ਆਪ ਦੀ ਸਿਆਸਤ ਹੈ ਕਿਹੜੀ ਜਿਹੜੀ ਪੰਜਾਬ ਦੇ ਵਿੱਚ ਉਹ ਝੂਠ ਦੇ ਬਿਨਾਂ ਦੇ ਉੱਤੇ ਉਹ ਆਏ ਤੇ ਉਹ ਕਿਹੋ ਜਿਹੀ ਸਿਆਸਤ ਕਰਦੇ ਪਏ ਨੇ। ਦੂਜੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਅੱਜ ਜਿਵੇਂ BJP ਅਸ਼ਵਨੀ ਸਾਹਿਬ ਜਿਹੜੇ ਨੇ ਪ੍ਰਧਾਨ ਸਾਹਿਬ ਅੱਜ ਰਾਜਪਾਲ ਕੋਲ ਗਏ ਨੇ, ਤਾਂ ਇਸ ਸਮੇਂ ਜਿਹੜਾ ਵਾ ਉਹ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਵਾ, ਇਹਨਾਂ ਦੇ ਅਸਤੀਫੇ ਲੈ ਲਏ ਜਾਣੇ ਚਾਹੀਦੇ ਨੇ, ਹੋਰ ਮਾਵਾਂ ਦੇ ਪੁੱਤ ਨਾ ਮਰਨ ਕਿਉਂਕਿ ਇਹਨਾਂ ਦੀ ਕੱਚੀ ਸਿਆਸਤ ਦੇ ਭੇਟ ਨਾ ਚੜਨ। ਅਗਲੀ ਗੱਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੀ ਭਗਵੰਤ ਮਾਨ ਇਸ ਗੱਲ ਦਾ ਸਪਸ਼ਟੀਕਰਨ ਦੇ ਸਕਦੇ ਨੇ ਕਿ ਇੱਕ MCD ਦਾ ਜਿਹੜਾ ਮੁੱਖ ਮੰਤਰੀ ਲੱਗਾ ਹੋਇਆ ਵਾ ਦਿੱਲੀ ਦੇ ਅਰਵਿੰਦ ਕੇਜਰੀਵਾਲ ਜੀ, ਉਹਨੂੰ ਪੰਜਾਬ ਦੇ 90 ਜਾਂ 92 ਬੰਦਿਆਂ ਦੀ ਜਿਹੜੀ ਸਿਕਿਉਰਿਟੀ ਦਿੱਤੀ ਗਈ ਆ ਉਹ ਕੇਸ ਅਧਿਕਾਰ ਦੇ ਨਾਲ ਦਿੱਤੀ ਗਈ ਆ। ਰਾਘਵ ਚੱਡਾ ਮਹਿਜ਼ ਇੱਕ MP ਨੇ, ਦਿੱਲੀ ਦੇ ਇੱਕ ਸਿਸਟਮ ਚੋਂ MP ਨੇ, ਤੇ ਜੇਕਰ ਉਹ ਉਹਨਾਂ ਨੂੰ ਪੰਜਾਬ ਦੇ ਸਿਕਿਉਰਿਟੀ ਦੇ ਬੰਦੇ ਕਾਹਦੇ ਵਾਸਤੇ ਦਿੱਤੇ ਗਏ ਨੇ? ਜੇਕਰ ਮੁੱਖ ਮੰਤਰੀ ਸਾਹਿਬ ਦੀ ਭੈਣ ਆ, ਭੈਣ ਹਜੇ ਕਿਸੇ
भी सिस्टम दे विच नहीं आ, उन्हां नू सिक्योरिटी चार बंदे भी दिते जा सकते हैं, लेकिन उन्हां नू सिक्योरिटी की जरूरत नहीं आ, क्योंकि जदों असीं कहिंदे आ आम लोगों की सरकार, आम लोगों के बंदे, आम लोगों के पुत जिहड़े ने ओह विधानसभा दे विच गए ने, आम लोगों के धीआं पुत्तर ने, ते फिर उन्हां नू मारन वाला किहड़ा जम्मिया वा, उन्हां दे लई भी बंदियां की सिक्योरिटी जिहड़ी आ ओह केस वास्ते दित्ती गई आ, उन्हां दी मदर दे लई इन्नी सारी सिक्योरिटी, ओह आम मावां वर्गी मां वा, फिर की हो गया उन्हां दा अज पुत जिहड़ा मुख्यमंत्री बन गया, एक ओह वी मां वा जिहड़े चन्नी साहब दा एक बच्चा जिहड़ा वा ओह हरौंदा वा, उहदी मां अज वी स्कूल दे विच ओह मतलब काम करदी आ, उहदे लई तां किसे सिक्योरिटी दी जरूरत नहीं पैंदी, लेकिन अज भगवंत मान जिहड़े ने ओह वाया जिहड़ा भगवंत मान केजरीवाल जिहड़े ने ओह रबड़ दी मोहर बना के अपने आप नूं स्थापित कर रहे ने, कि पंजाब दा खजाना जिहड़ा वा ਉਹ ਦਿੱਲੀ ਐਮ ਸੀ ਡੀ ਦੇ ਲਈ ਭੁਗਤਾਉਣ ਦੇ ਲਈ ਰੱਖਿਆ ਗਿਆ ਵਾ, ਕਿਉਂ ਪੰਜਾਬ ਦੇ ਲੋਕ ਸੌਂ ਗਏ ਨੇ, ਕਿਉਂ ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਅਸਲ 'ਚ ਠੱਗੇ ਗਏ ਨੇ ਇਹਨਾਂ ਦੀਆਂ ਜਿਹੜੀਆਂ ਚਾਪਲੂਸੀ ਦੀਆਂ ਨੀਤੀਆਂ ਦੇ ਕਰਕੇ, ਇਹਨਾਂ ਦੀ ਸਰਕਸ ਨੀਤੀ ਦੇ ਕਰਕੇ, ਇਹਨਾਂ ਦੀ ਡਫਲੀ ਨੀਤੀ ਦੇ ਕਰਕੇ ਉਹ ਪੰਜਾਬੀ ਅਸਲ 'ਚ ਠੱਗੇ ਗਏ ਨੇ। ਬੇਸਿਕਲੀ ਅੱਜ ਪੰਜਾਬ ਦੇ ਮੱਥੇ ਦੇ ਉੱਤੇ ਇਹ ਕਾਲਾ ਦੌਰ ਜਿਹੜਾ ਵਾ ਇਹਨਾਂ ਦੇ ਝੂਠ ਦੀ ਰਾਜਨੀਤੀ ਨੇ ਉਹਨਾਂ ਦੇ ਮੱਥੇ ਦੇ ਉੱਤੇ ਮੜ ਦਿੱਤਾ, ਤੇ ਬਾਰ ਬਾਰ ਪੰਜਾਬੀਆਂ ਦੇ ਲਈ ਕਾਲਾ ਦੌਰ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ। ਤੁਸੀਂ ਦੇਖੋ ਪਿਛਲੇ ਸਮੇਂ ਦੇ ਦੌਰਾਨ ਹਰ ਦਹਾਕੇ ਬਾਅਦ ਪੰਜਾਬ ਦੇ ਪਿੰਡੇ ਦੇ ਉੱਤੇ ਕੈਸਾ ਦੌਰ ਹੰਡਾਇਆ ਜਾਂਦਾ, ਕਦੀ 84 ਆਉਂਦੀ ਆ, ਕਦੀ 47 ਆਉਂਦੀ ਆ, ਕਦੀ ਅੱਤਵਾਦ ਆਉਂਦਾ ਵਾ, ਕਦੀ ਜਹਾਜ਼ਾਂ ਦੇ ਜਹਾਜ਼ ਭਰ ਕੇ ਬੱਚੇ ਬਾਹਰ ਚਲੇ ਜਾਂਦੇ ਨੇ, ਕਦੇ ਅੱਤਵਾਦ ਦਾ ਦੌਰ ਆਉਂਦਾ ਵਾ, ਅੱਤਵਾਦ ਦਾ ਦੌਰ ਮੁੱਕਿਆ, ਗੈਂਗਸਟਰੀ ਦਾ ਦੌਰ ਆ ਗਿਆ, ਅਸਲ 'ਚ ਇਹ ਕਰ ਕੀ ਰਹੇ ਨੇ? ਤੋਂ ਮਤਲਬ ਸਮਝਣ ਦੀ ਗੱਲ ਇਹ ਆ ਕਿ ਪੰਜਾਬ ਦਾ ਪੋਟੈਂਸ਼ੀਅਲ ਜਿਹੜਾ ਵਾ ਉਹ ਅਸੀਂ ਉੱਗਣ ਨਹੀਂ ਦੇਣਾ ਪੰਜਾਬ ਦੇ ਵਿੱਚੋਂ। ਤੋਂ ਇਹਨਾਂ ਦੇ ਮਨਸੂਬੇ ਬਿਲਕੁਲ ਇਹੀ ਨਜ਼ਰ ਆ ਰਹੇ ਨੇ, ਕਿਉਂਕਿ ਜਦੋਂ ਦੀਪ ਸਿੱਧੂ ਦੀ ਮੌਤ ਔਰ ਉਹਦਾ ਝਾੜੂ ਚੁੱਕਣਾ, ਤਲਵਾਰ ਚੁੱਕਣੀ, ਉਸ ਤੋਂ ਬਾਅਦ ਸਿੱਧੂ ਮੂਸੇਵਾਲੇ ਦੀ ਮੌਤ, ਉਹਦਾ MP ਜਿਹੜੇ ਨੇ ਉਹ ਮਾਨ ਸਾਹਿਬ ਦੇ ਲਈ ਜਾਣਾ, ਤੇ ਇਸ ਸਮੇਂ ਉਹਦਾ ਕਤਲ ਹੋ ਜਾਣਾ, ਤੋਂ ਬਹੁਤ ਸਾਰੀ ਗੱਲਾਂ ਦੇ ਵੱਲ ਇਸ਼ਾਰਾ ਕਰਦਾ ਵਾ ਕਿ ਆਪ ਜਿਹੜੀ ਆ। ਫਿਰ ਦੂਸਰੀ ਗੱਲ, ਪੰਨੂ ਸਾਹਿਬ ਜਦੋਂ ਬਿਲਕੁਲ ਬਾਰ ਬਾਰ ਭਾਜੀ ਆਪਣਾ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਇੱਕ ਗੱਲ ਨੂੰ ਜਿਹੜਾ ਵਾ ਬਾਰ ਬਾਰ ਪੁਆਇੰਟ ਆਊਟ ਕੀਤਾ ਵਾ ਕਿ ਜਦੋਂ ਇਹ ਸਾਰਾ ਕੁਝ ਹੁੰਦਾ ਵਾ, ਪੰਨੂ ਉੱਥੋਂ ਕਹਿੰਦਾ ਵਾ ਕਿ ਮੈਂ ਇੰਨੇ ਪੈਸੇ ਇੱਥੇ ਦਿੱਤੇ ਨੇ, ਆਹ ਸਾਰਾ ਕੁਝ ਕੀਤਾ ਵਾ, ਤੇ ਉਹ ਕਿਉਂ ਨਹੀਂ ਇਸ ਗੱਲ ਦੇ ਵੱਲ ਆਉਂਦੇ ਕਿ ਮਤਲਬ ਇਹ ਕੰਮ ਜਿਹੜਾ ਵਾ ਉਹ ਸੱਚੀ ਵਾਕਿਓ ਹੀ ਹੋਇਆ ਵਾ? ਪ੍ਰਸਿੰਦਰ ਕਮਲ ਜੀ, ਇੰਟੈਲੀਜੈਂਸ ਤੁਹਾਡੇ ਕੋਲ ਹੈ, ਰੌ ਤੁਹਾਡੇ ਕੋਲ ਹੈ, ਜੇਕਰ ਪੰਨੂ ਨੂੰ ਹੱਥ ਪਾਣਾ ਹੈ ਤਾਂ ਰੌ ਤੁਹਾਡੇ ਕੋਲ ਹੈ, ਤੁਸੀਂ ਕੁਝ ਵੀ ਲੈ ਸਕਦੇ ਹੋ, ਉਹਦੀ ਇਨਫੋਰਮੇਸ਼ਨ ਲੈ ਸਕਦੇ ਹੋ, ਇੰਟਰਪੋਲ ਨਾਲ ਕਨੈਕਟ ਹੋ ਕੇ ਸਭ ਕੁਝ ਕੀਤਾ ਜਾ ਸਕਦਾ। ਫਿਰ ਕੇਂਦਰ ਸਰਕਾਰ ਇਸ ਦੇ ਵਿੱਚ ਪਿੱਛੇ ਕਿਉਂ ਰਹਿ ਰਹੀ ਹੈ? ਦੇਖੋ, ਕੇਂਦਰ ਸਰਕਾਰ ਦੀ ਇੱਥੇ ਗੱਲ ਨਹੀਂ ਆਉਂਦੀ, ਕਿਉਂਕਿ ਸਿਕਿਉਰਿਟੀ ਦੇ ਮਾਮਲੇ ਰਾਜ ਸਰਕਾਰਾਂ ਦੇ ਹੁੰਦੇ ਨੇ, ਰਾਜ ਸਰਕਾਰਾਂ ਪਹਿਲ ਕਰਨਗੀਆਂ, ਤੇ ਆਫਟਰ ਦੈਟ ਜਿਹੜੀ ਆ ਉਹ ਸੈਂਟਰ ਗਵਰਨਮੈਂਟ ਉਹਨਾਂ ਦੀਆਂ ਉਹਨਾਂ ਸਾਰੀਆਂ ਪਹਿਲਕਦਮੀਆਂ ਦੇ ਉੱਤੇ ਨਾਲ ਪਹਿਰੇਦਾਰੀ ਕਰੂਗੀ। ਲੇਕਿਨ ਜੇ ਅਸੀਂ ਇਹ ਕਹੀਏ ਕਿ ਇਹ ਸਾਰਾ ਕੁਝ ਜਿਹੜਾ ਵਾ ਉਹ ਸੈਂਟਰ ਦੇ ਅਸੀਂ ਸਿਰ ਦੇ ਉੱਤੇ ਸੁੱਟ ਦਈਏ, ਜਦਕਿ ਸੈਂਟਰ ਦੀ ਗਵਰਨਮੈਂਟ, ਜੇਕਰ BJP ਦੀ ਗਵਰਨਮੈਂਟ ਦੀ ਹੁਣ ਤੱਕ ਗੱਲ ਕਰੀਏ, ਤਾਂ ਉਹਨਾਂ ਨੇ ਪਿਛਲੇ ਕਾਂਗਰਸ ਦੇ ਦੌਰ ਦੇ ਵਿੱਚ ਜਦੋਂ 84 ਹੁੰਦੀ ਆ ਉਸ ਸਮੇਂ ਦੇ ਦੌਰ ਦੇ ਜਿਹੜੀ ਬਲੈਕ ਲਿਸਟਡ ਕੀਤੇ ਹੋਏ ਸਾਡੇ ਸਿੱਖ ਵੀਰ ਸੀਗੇ, ਉਹਨਾਂ ਨੇ ਉਹ ਸਿੱਖ ਹਜੇ ਮਹਾਂ ਹੀ ਕੱਢੇ ਨੇ ਜਿਹੜੇ ਕਿ ਪਿਛਲੀਆਂ ਸਰਕਾਰਾਂ ਨੇ ਉਹਨਾਂ ਨੂੰ ਕਿੰਨੀ ਕਿੰਨੀ ਦੇਰ ਹੋ ਗਈ ਆ, ਉਹ ਆਪਣੀ ਜਨਮ ਭਾਏ ਤੋਂ ਦੂਰ ਵਿਚਾਰੇ ਪਤਾ ਨਹੀਂ ਕਿੱਥੇ ਕਿੱਥੇ ਧੱਕੇ ਖਾਂਦੇ ਰਹੇ, ਔਰ ਉਹਨਾਂ ਨੇ ਕਾਲੀਆਂ ਸੂਚੀਆਂ ਦੇ ਵਿੱਚੋਂ ਅਜੇ ਬੱਚੇ ਕੱਢੇ ਨੇ। ਤੋਂ ਜਿੱਥੇ ਜਿੱਥੇ ਕੇਂਦਰ ਸਰਕਾਰ ਕੰਮ ਕਰ ਸਕਦੀ ਆ, ਕੇਂਦਰ ਸਰਕਾਰ ਆਪਣੀ ਪੂਰੀ ਤਨਦੇਹੀ ਦੇ ਨਾਲ ਕੰਮ ਕਰਦੀ ਪਈ ਆ, ਲੇਕਿਨ ਜਿਹੜਾ ਕਾਨੂੰਨ ਵਿਵਸਥਾ ਦਾ ਮਾਮਲਾ ਵਾ ਰਾਜਾਂ ਦੇ ਆਪਣੇ ਅਧਿਕਾਰ ਖੇਤਰ ਦੇ ਹੇਠ ਆਉਂਦਾ ਵਾ। ਪਰ ਗੁਰਪੰਥ ਸਿੰਘ ਪੰਨੂ ਨੂੰ ਲੈ ਕੇ ਤਾਂ ਸੁਰਿੰਦਰ ਕਮਲ ਜੀ, ਗੁਰਪੰਥ ਸਿੰਘ ਪੰਨੂ ਨੂੰ ਲੈ ਕੇ ਤਾਂ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਇਹ ਗੱਲ ਰੱਖੀ ਗਈ ਹੈ ਕਿ ਉਹ ਖਾਲਿਸਤਾਨੀ ਪੱਖੀ ਹੈ, ਭਾਰਤ ਵਿਰੋਧੀ ਹੈ, ਭਾਰਤ ਦੇ ਵਿੱਚ ਗਲਤ ਅੰਸਰਾਂ ਨੂੰ ਅਤੇ ਮਾੜੇ ਕੰਮ ਕਰਾਉਣ ਦੇ ਲਈ ਕੁਛ ਵੀ ਕਰ ਸਕਦਾ, ਉਸਨੂੰ ਤਾਂ ਸ਼ੁਰੂ ਤੋਂ ਹੀ ਕਿਤੇ ਨਾ ਕਿਤੇ ਕਾਲੀ ਸੂਚੀ ਦੇ ਵਿੱਚ ਰੱਖਿਆ ਗਿਆ। ਫਿਰ ਉਸ 'ਤੇ ਨੱਥ ਕਿਉਂ ਨਹੀਂ ਪਾਈ ਜਾ ਰਹੀ? ਆਖਿਰ ਕਾਰਨ ਕੀ ਹੈ? ਕਿੱਥੇ ਲੁਕਮਾ ਪੁਆਇੰਟ ਕੀ ਹੈ? ਕੇਜਰੀਵਾਲ ਉਹਦੇ ਤੋਂ, ਕੇਜਰੀਵਾਲ ਉਹਦੇ ਤੋਂ ਮਦਦ ਕਿਉਂ ਲੈਂਦੇ ਨੇ? ਜਦੋਂ ਪਿੱਛੇ ਜਿਹੜੇ ਸਾਡੇ ਇੱਕ ਆਪਣੇ ਜਿਨ੍ਹਾਂ ਨੂੰ ਦਿੱਲੀ ਤੋਂ ਫੜਨ ਜਾਇਆ ਗਿਆ ਵਾ, ਜਿਹੜੇ ਸਾਡੇ ਰਾਈਟਰ ਨੇ, ਔਰ ਉਹਨਾਂ ਦੇ ਲਈ ਇਹ ਸਾਰਾ ਕੁਝ ਜਦੋਂ ਕਹਿੰਦੇ ਨੇ ਕਿ ਕੇਜਰੀਵਾਲ ਦੇ ਮਨ ਦੇ ਵਿੱਚ ਆ ਕਿ ਜਦੋਂ ਇੱਕ ਨਵਾਂ ਪੰਜਾਬ ਬਣੇਗਾ ਤਾਂ ਡੈਫੀਨੇਟਲੀ ਮੈਂ ਇੱਕ ਨਏ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰਗਾ, ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਬਿਆਨ ਆਉਂਦਾ ਵਾ ਤਾਂ ਫਿਰ ਇਹੋ ਜਿਹੜੇ ਦੇਸ਼ ਧਰੋਹੀ ਲੋਕ ਨੇ ਫਿਰ ਉਹਨਾਂ ਦੇ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ, ਤੇ ਉਸੇ ਦੀ ਸਰਕਾਰ ਹੀ ਪੰਜਾਬ ਦੇ ਵਿੱਚ ਚੱਲ ਰਹੀ ਹੈ ਨਾ। ਕੇਂਦਰ ਦੇਖੋ, ਕੇਂਦਰ ਏਜੰਸੀਆਂ ਤੁਹਾਡੇ ਕੋਲ ਨੇ, ਫਿਰ ਜੇਕਰ ਕੇਜਰੀਵਾਲ ਵੱਲੋਂ ਇਹ ਬਿਆਨ ਦਿੱਤਾ ਗਿਆ, ਉਹਨਾਂ ਨੂੰ ਅੰਦਰ ਕਿਉਂ ਨਹੀਂ ਡੱਕਿਆ ਗਿਆ? ਇੰਨੀ ਦੇਰੀ ਕਿਉਂ? ਦੇਖੋ, ਇਹ ਸਾਰਾ ਕੁਝ ਤਾਂ ਹੁਣ ਅੰਡਰ ਜਿਹੜਾ ਲਾ ਐਂਡ ਆਰਡਰ ਆ, ਲਾ ਜਿਹੜਾ ਵਾ ਉਹ ਆਪਣੇ ਢੰਗ ਦੇ ਨਾਲ ਕੰਮ ਕਰੇਗਾ। ਜੇ ਕਿਤੇ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਡੈਫੀਨੇਟਲੀ ਆ ਉਹ ਇਸ ਚੀਜ਼ ਦੇ ਹੱਕਦਾਰ ਹੋਣਗੇ ਸਜ਼ਾ ਦੇ।
ਤੁਸੀਂ ਇਹ ਦੇਖੋ ਨਾ ਸਜ਼ਾ ਦੇ ਹੱਕਦਾਰ ਹੋਣਗੇ ਕੁਛ ਵੀ ਚੀਜ਼ਾਂ ਜੇਕਰ ਜਦੋਂ ਬਾਹਰ ਉੱਭਰ ਕੇ ਆਉਂਦੀਆਂ ਨੇ ਪਰ ਸਿੱਧੂ ਮੂਸੇਵਾਲ ਵਰਗੇ ਕਤਲ ਦੀਪ ਸਿੱਧੂ ਵਰਗੇ ਜਿਹੜੀਆਂ ਘਟਨਾਵਾਂ ਜਾਂ ਪਿੱਛੇ ਨੰਗਲ ਅੰਬੀਆਂ ਵਰਗੀਆਂ ਜਿਹੜੀਆਂ ਘਟਨਾਵਾਂ ਨੇ ਉਹ ਤੇ ਪੁਖਤਾ ਇੱਕ ਸਬੂਤ ਨੇ ਨਾ ਸਰਕਾਰਾਂ ਦੇ ਫੇਲੀਅਰ ਦਾ ਕਿਉਂ ਕਿਉਂ ਅੱਜ ਡੀਜੀਪੀ ਸਾਹਿਬ ਕਿਉਂ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਚਰਮਰਾ ਗਈ ਆ ਕਿਉਂ ਨਹੀਂ ਉਹ ਇਹਨਾਂ ਗੱਲਾਂ ਦੇ ਉੱਤੇ ਜਵਾਬਦੇਹੀ ਕਰਦੇ ਜੀ ਸੁਰਿੰਦਰ ਸੰਮਲ ਜੀ ਕਮਲ ਜੀ ਸਮਾਂ ਬੜਾ ਥੋੜਾ ਹੈ ਭੁੱਲਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ਼ਾਰਾ ਕਰ ਰਹੇ ਸੀ ਗੱਲ ਕਰ ਰਹੇ ਸੀ ਕਿ ਜਦੋਂ ਸੁਰਿੰਦਰ ਕਮਲ ਜੀ ਗੱਲ ਕਰ ਰਹੇ ਸੀ ਖਾਸ ਕਰਕੇ ਗੁਰਪੰਥ ਸਿੰਘ ਪੰਨੂ ਨੂੰ ਲੈ ਕੇ ਤਾਂ ਉਸ ਤੇ ਕੀ ਇਸ਼ਾਰਾ ਲੱਗਦਾ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਉਸ ਦੇ ਵਿੱਚ ਪਿੱਛੇ ਹਟਦੀ ਦਿਖਾਈ ਦੇ ਰਹੀ ਹੈ ਕੇਜਰੀਵਾਲ ਨੂੰ ਵੀ ਨਿੰਦਿਆ ਗਿਆ ਕਿ ਉਹਨਾਂ ਦੇ ਨਾਲ ਸੰਬੰਧ ਹੋ ਸਕਦੇ ਨੇ ਫਿਰ ਉਹਨਾਂ ਨੂੰ ਅੰਦਰ ਕਿਉਂ ਨਹੀਂ ਡੱਕਿਆ ਗਿਆ 2 ਮਿੰਟ ਦੇ ਵਿੱਚ ਆਪਣਾ ਜਿਹੜਾ ਜਵਾਬ ਹੈ ਕੰਪਲੀਟ ਕਰ ਦਿਓ ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਕੇਂਦਰ ਸਰਕਾਰ ਦੇ ਕੋਲ ਡਵਾਲ ਵਰਗੇ ਬਹੁਤ ਹੀ ਸੂਝਵਾਨ ਲੋਕ ਨੇ ਉੱਥੇ ਜਿਹੜੇ ਐਡਵਾਈਜ਼ਰ ਨੇ ਅਮਿਤ ਸ਼ਾਹ ਵਰਗੇ ਸਟਰੋਂਗ ਹੋਮ ਮਿਨਿਸਟਰ ਨੇ ਲੇਕਿਨ ਗੁਰਪੰਥ ਪੰਨੂ ਦੇ ਮਾਮਲੇ ਦੇ ਵਿੱਚ ਪਤਾ ਨਹੀਂ ਕਿਉਂ ਇਹ ਵੀਕ ਨੇ ਇਹਨਾਂ ਨੂੰ ਅੱਜ ਤੱਕ ਉਹਦੇ ਖਿਲਾਫ ਕੋਈ ਵੀ ਕਾਰਵਾਈ ਐਸੀ ਨਹੀਂ ਕੀਤੀ ਗਈ ਕਿ ਉਹਨੂੰ ਅਮਰੀਕਾ ਤੋਂ ਚੱਕ ਕੇ ਜਾਂ ਜਿੱਥੇ ਵੀ ਉਹ ਹੈਗਾ ਉੱਥੋਂ ਚੱਕ ਕੇ ਹਿੰਦੁਸਤਾਨ ਦੀ ਜੇਲ੍ਹ 'ਚ ਲਿਆ ਕੇ ਸੁੱਟਿਆ ਜਾਵੇ ਉਹਦੇ ਖਿਲਾਫ ਜਿਹੜੇ ਬੰਦ ਆ ਕਾਰਵਾਈ ਆ ਉਹ ਕੀਤੀ ਜਾਵੇ ਨਹੀਂ ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ ਮੈਨੂੰ ਗੱਲ ਕਰ ਲੈਂਦੇ ਹੋ ਆਪਣੀ ਦੂਸਰੀ ਗੱਲ ਅੱਜ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਇਹ ਅੱਜ ਨਹੀਂ ਚੰਨੀ ਸਾਹਿਬ ਜਦੋਂ ਆਏ ਚੰਨੀ ਸਾਹਿਬ ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਇੱਕ ਵੀਕ ਗਵਰਨਮੈਂਟ ਜਿਹੜੀ ਹੈ ਅਸੀਂ ਪੰਜਾਬ ਦੇ ਵਿੱਚ ਦੇਖ ਰਹੇ ਹਾਂ ਕਿਉਂਕਿ ਚੰਨੀ ਸਾਹਿਬ ਦਾ ਇੰਟਰਸਟ ਸਿਰਫ ਮਾਈਨਿੰਗ ਦੇ ਵਿੱਚ ਸੀਗਾ ਉਸੇ ਲੱਗੇ ਰਹੇ ਹੋ ਲੇਕਿਨ ਜਿਹੜੀ ਅੱਜ ਸਰਕਾਰ ਹੈ ਇਹਦਾ ਇਸ ਸਰਕਾਰ ਦਾ ਵੀ ਇੰਟਰਸਟ ਉਹੀ ਹੈ ਤੁਸੀਂ ਹੈਰਾਨ ਹੋ ਗਏ ਕਿ ਜਿਹੜੀ ਇਹ ਕਹਿੰਦੇ ਸ਼ਰਾਬ ਦੀ ਅਸੀਂ ਪਾਲਿਸੀ ਲੈ ਕੇ ਆਵਾਂਗੇ ਸਾਡੇ ਕੋਲ ਬਲੂ ਪ੍ਰਿੰਟ ਤਿਆਰ ਹੈ ਅੱਜ ਆਮ ਆਦਮੀ ਪਾਰਟੀ ਇੱਥੇ ਕਾਰਜਕਰਤਾ ਆਪਣੇ ਪ੍ਰਵਕਤਾ ਹੈ ਨਹੀਂ ਗੇ ਮੈਂ ਉਹਨਾਂ ਨੂੰ ਸਵਾਲ ਕਰਦਾ ਕਿ ਸਾਊਥ ਇੰਡੀਆ ਦੇ ਸਭ ਤੋਂ ਵੱਡਾ ਮਾਫੀਆ ਰੈਡੀ ਬ੍ਰਦਰਸ ਨੇ ਜਿਹੜੇ ਸ਼ਰਾਬ ਦਾ ਵਪਾਰ ਕਰਦੇ ਨੇ ਉਹਨਾਂ ਨਾਲ ਇਹਨਾਂ ਨੇ ਐਗਰੀਮੈਂਟ ਕਰ ਲਿਆ ਕੇਜਰੀਵਾਲ ਨੇ ਪੰਜਾਬ ਜਿਹੜਾ ਹੈਗਾ ਉਹਨਾਂ ਨੂੰ ਹੈਂਡਓਵਰ ਕਰਤਾ ਇਹਨਾਂ ਨੇ ਤੇ ਇਹ ਦੇਖੋ ਜਿਹੜੇ ਮਾਫੀਆ ਖਤਮ ਕਰਨ ਦੀ ਗੱਲ ਕਰ ਰਹੇ ਨੇ ਉਹ ਤੇ ਮਾਫੀਆ ਪੈਦਾ ਕਰ ਰਹੇ ਨੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਐਸੀ ਸਰਕਾਰ ਨੂੰ ਤੇ ਤੁਰੰਤ ਜਿਹੜਾ ਹੈਗਾ ਬਰਖਾਸਤ ਕਰ ਦੇਣਾ ਚਾਹੀਦਾ ਮੇਰੀ ਜਿਹੜੇ ਪ੍ਰਵਕਤਾ ਬੈਠੇ ਨੇ ਸਾਡੇ ਬੀਜੇਪੀ ਦੇ ਇੱਥੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਆਪਣੀ ਹਾਈਕਮਾਂਡ ਨੂੰ ਕਹਿਣ ਕਿ ਅਸੀਂ ਸਰਕਾਰ ਨੂੰ ਚੱਲਣ ਦਾ ਕੋਈ ਅਧਿਕਾਰ ਨਹੀਂ ਜਿਹੜੀ ਕਤਲੇਆਮ ਕਰਾ ਰਹੀ ਹੈ ਜਿਹੜੀ ਡਰੱਗਸ ਦਾ ਧੰਦਾ ਕਰਾ ਰਹੀ ਹੈ ਜਿਹੜੀ ਮਾਫੀਆ ਦੇ ਨਾਲ ਸੌਦੇਬਾਜ਼ੀਆਂ ਕਰ ਰਹੀ ਹੈ ਜਿਹੜੀ ਇੱਥੇ ਲੋਕਾਂ ਦੀ ਗਰੀਬਾਂ ਦੀਆਂ ਜ਼ਮੀਨਾਂ ਖੋ ਰਹੀ ਹੈ ਲੋਕਾਂ ਦੇ ਨਵਾਲੇ ਖੋ ਰਹੀ ਹੈ ਜਿਹੜੀ ਕਿਤਾਬਾਂ ਜਿਹੜੀਆਂ ਨੇ ਸਟੂਡੈਂਟ ਨੂੰ ਸਕੂਲਾਂ ਦੇ ਵਿੱਚ ਮੁਹੱਈਆ ਨਹੀਂ ਕਰਾ ਪਾ ਰਹੀ ਔਰ ਟੋਟਲੀ ਫੇਲੀਅਰ ਸਰਕਾਰ ਹੈ 1 ਰੁਪਈਆ ਜਿਹਨਾਂ ਨੇ 10,000 ਕਰੋੜ ਰੁਪਈਆ 2 ਮਹੀਨੇ 'ਚ ਕਰਜ਼ਾ ਲੈ ਲਿਆ ਅੱਜ ਤੱਕ ਕਦੇ ਨਹੀਂ ਹੋਇਆ ਹਿਸਟਰੀ 'ਚ ਪੰਜਾਬ ਦੀ ਕਿ ਪਹਿਲੇ ਮਹੀਨਿਆਂ ਦੇ ਵਿੱਚ ਜਿਹੜਾ ਹੈਗਾ ਕਰਜ਼ਾ ਲਿਆ ਗਿਆ ਹੋਵੇ ਇਹਨਾਂ 10,000 ਕਰੋੜ ਰੁਪਈਆ ਕਿਹਦੀ ਜੇਬ 'ਚ ਗਿਆ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਸੈਂਟਰ ਗਵਰਨਮੈਂਟ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਕੋਈ ਸਕੂਲ ਨਹੀਂ ਬਣਿਆ ਕੋਈ ਕੰਧ ਨਹੀਂ ਬਣੀ ਕੋਈ ਇੱਟ ਨਹੀਂ ਲੱਗੀ ਕੋਈ ਸੜਕ ਨਹੀਂ ਬਣੀ ਕੋਈ ਨਾਲਾ ਨਹੀਂ ਬਣਿਆ ਉਹ 10,000 ਕਰੋੜ ਰੁਪਈਆ ਕੇਜਰੀਵਾਲ ਦੀ ਜੇਬ 'ਚ ਗਿਆ ਭਗਵੰਤ ਮਾਨ ਦੀ ਜੇਬ 'ਚ ਗਿਆ ਰਾਘਵ ਚੱਡੇ ਦੀ ਜੇਬ 'ਚ ਗਿਆ ਕਿਹਦੀ ਜੇਬ 'ਚ ਗਿਆ ਉਹ ਸੈਂਟਰ ਸਰਕਾਰ ਨੂੰ ਉਹਦੀ ਤਫਤੀਸ਼ ਕਰਨੀ ਚਾਹੀਦੀ ਹੈ ਵੀ 10,000 ਕਰੋੜ ਰੁਪਈਆ 2 ਮਿੰਟ ਕਿਹਦੀ ਜੇਬ 'ਚ ਗਿਆ ਜੀ ਜੀ ਸਾਰੇ ਬੁਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਮਾਂ ਇਜਾਜ਼ਤ ਨਹੀਂ ਦਿੰਦਾ ਨਹੀਂ ਤਾਂ ਅੱਗੇ ਵੀ ਗੱਲਾਂ ਰੱਖਣੀ ਸਨ ਜ਼ਰਾ ਫਿਰ ਜੁੜਾਂਗੇ ਫਿਰ ਗੱਲ ਕਰਾਂਗੇ ਕਮਲ ਜੀ ਭੁੱਲਰ ਸਾਹਿਬ ਵਿਕਰਮ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਤੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਜੁੜਨ ਦੇ ਲਈ ਅਤੇ ਅੱਜ ਦੇ ਜੋ ਮੁੱਦੇ ਸੀ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਗੱਲਬਾਤ ਰੱਖੀ ਗਈ ਹੈ ਵੱਖੋ ਵੱਖ ਬੁਲਾਰਿਆਂ ਵੱਲੋਂ ਆਪੋ ਆਪਣੀ ਗੱਲ ਰੱਖੀ ਗਈ ਹੈ ਮਾਨ ਸਰਕਾਰ ਨੂੰ ਕਿਤੇ ਨਾ ਕਿਤੇ ਕਟਖਹਿਰੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਇੰਟੈਲੀਜੈਂਸ ਦੇ ਉੱਤੇ ਸਵਾਲ ਚੁੱਕ ਦਿੱਤੇ ਗਏ ਨੇ ਕਿਉਂਕਿ ਇਸ ਤੋਂ ਪਹਿਲਾਂ ਸੰਦੀਪ ਨੰਗਲੰਬੀਆ ਦਾ ਕਤਲ ਹੁੰਦਾ ਸੰਦੀਪ ਨੰਗਲੰਬੀਆ ਕਬੱਡੀ ਦੇ ਉਹ ਸਟਾਰ ਸਨ ਜਿਨ੍ਹਾਂ ਨੇ ਸੂਰਜ ਦੀ ਰੋਸ਼ਨੀ ਦੇ ਵਿੱਚ ਚੰਦ ਦੀ ਚਾਨਣੀ ਦੇ ਵਿੱਚ ਹਰ ਤੱਕ ਹਰ ਨਿਗਾਹ ਦੇ ਵਿੱਚ ਉਹਨਾਂ ਦੀ ਜੋ ਜੋਤ ਸੀ ਜੋ ਕਬੱਡੀ ਸੀ ਹਰ ਨਿਗਾਹ ਦੇ ਵਿੱਚ ਪਰੋਈ ਗਈ ਅਤੇ ਦੂਜਾ ਨਾਂ ਸਿੱਧੂ ਮੂਸੇਵਾਲਾ ਜਿਸਨੇ ਇੱਕ ਗਰਾਊਂਡ ਤੋਂ ਉੱਠ ਕੇ ਇੱਕ ਉਸ ਗਰੀਬ ਪਰਿਵਾਰ ਤੋਂ ਉੱਠ ਕੇ ਉਸ ਸਿਤਾਰੇ ਨੂੰ ਛੂਇਆ ਜਿਸ ਨੂੰ ਛੂਹਣ ਦੇ ਲਈ ਵੱਡੇ ਵੱਡਿਆਂ ਦੇ ਕਈ ਸਦੀਆਂ ਤੱਕ ਦੇ ਪਲ ਪਲ ਗੋਡੇ ਰਗੜੇ ਜਾਂਦੇ ਨੇ ਪਰੰਤੂ ਸਿੱਧੂ ਮੂਸੇਵਾਲੇ ਦਾ ਜੋ ਇਤਿਹਾਸ ਰਿਹਾ ਕਰੀਅਰ ਰਿਹਾ ਉਹ ਇੱਕ ਬਹੁਤ ਵੱਡਾ ਚੁਣੌਤੀਪੂਰਨ ਸੀ ਬਹੁਤ ਸਵਾਲਾਂ ਦੇ ਵਿੱਚ ਅੱਜ ਇਹ ਖੜਾ ਹੋ ਚੁੱਕਾ ਹੈ ਸਵਾਲ ਕਿ ਮਾਨ ਸਰਕਾਰ ਇੰਟੈਲੀਜੈਂਸੀਆਂ ਕਿੱਥੇ ਨੇ ਇੱਕ ਦਿਨ ਪਹਿਲਾਂ ਸਿਕਿਉਰਿਟੀ ਵਿਦਡਰਾਅਲ ਕਰ ਦਿੱਤੀ ਜਾਂਦੀ ਨਹੀਂ ਅਤੇ ਅਗਲੇ ਦਿਨ ਹੀ ਉਸਦਾ ਕਤਲ ਹੋ ਜਾਂਦਾ ਹਾਲਾਂਕਿ ਇਹ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਇੰਟੈਲੀਜੈਂਸ ਦੇ ਉੱਤੇ ਕਿ ਉਹਨਾਂ ਨੂੰ ਜਦੋਂ ਸਿਕਿਉਰਿਟੀ ਵਿਦਡਰਾਅਲ ਕਰਨ ਦੇ ਲਈ ਆਖਿਆ ਗਿਆ ਤਾਂ ਉਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਪ੍ਰੋਟੋਕੋਲ ਦੇ ਤਹਿਤ ਕਾਰਵਾਈ ਕੀਤੀ ਗਈ ਸੀ ਕਿ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਨਹੀਂ ਹਾਲਾਂਕਿ ਅਕਾਲੀ ਦਲ ਦੇ ਬੁਲਾਰੇ ਵੱਲੋਂ ਸਿੱਧੇ ਤੌਰ 'ਤੇ ਕਿਹਾ ਗਿਆ ਕਿ ਉਹਨਾਂ ਵੱਲੋਂ ਤਾਂ ਵੱਡੀਆਂ ਇੰਟੈਲੀਜੈਂਸੀਆਂ ਵੱਡੇ ਰੋਅ ਵਰਗੀ ਏਜੰਸੀਆਂ ਵੱਲੋਂ ਦੱਸਿਆ ਗਿਆ ਸੀ ਕਿ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਥ੍ਰੈਟ ਹੈ ਅਤੇ ਇਹਨਾਂ ਦੀ ਸੁਰੱਖਿਆ ਜ਼ਰੂਰ ਯਕੀਨੀ ਬਣਾਈ ਜਾਵੇ ਪਰੰਤੂ ਇੱਕ ਸਿਤਾਰਾ ਇਸ ਦੁਨੀਆ ਤੋਂ ਰੁਸਤਕ ਹੋ ਗਿਆ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਪਰੰਤੂ ਸਵਾਲ ਹੁਣ ਇਹ ਖੜਾ ਕਰ ਗਿਆ ਕਿ ਪੰਜਾਬ ਕਦੋਂ ਪੰਜਾਬ ਬਣੇਗਾ ਆਖਿਰਕਾਰ ਮਾਨ ਸਰਕਾਰ
खास करके भगवंत मान हमेशा स्टेजा चो कहते आए सन कि असी कैलीफोर्निया नहीं बनाना। जदों सुखबीर बादल कहते होंगे कि असी पंजाब नू कैलीफोर्निया बनावांगे तो कहते होंगे कि असी पंजाब नू रंगला पंजाब बनावांगे, परंतु अज गैंगस्टरां दा पंजाब बन चुका है। हुण मान सरकार ते सवाल उठता है आने वाले समय के मान सरकार किस नीति तहत किस प्रक्रिया तहत पंजाब नू दोबारा रंगला पंजाब बनाती है। तद तक तुसी साडे नाल जुड़े रहो ते वेखते रहो पंजाब टुडे।